ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਵਾਲੇ ਦਿਨ ਅੱਜ ਆਪਣਾ ਜੋ ਸੱਚੇ ਪਰਿਵਾਰ ਦਾ ਸੰਗਤ ਰੂਪੀ ਪਰਿਵਾਰ ਦਾ ਇੱਕ ਮੇਲ ਕਰਵਾਇਆ ਸਤਿਗੁਰਾਂ ਨੇ, ਜਿਸ ਦੇ ਵਿੱਚ ਆਪਾਂ ਆਪ ਦੇ ਜੀਵਨ ਦਾ ਲਾਹਾ ਇਕੱਠਾ ਕਰਨ ਦੇ ਲਈ, ਆਪ ਦੀ ਜੀਵਨ ਯਾਤਰਾ ਦਾ ਭੇਤ ਲੈਣ ਦੇ ਲਈ, ਉਹ ਬ੍ਰਹਮ ਦਾ ਰਸਤਾ ਜਿਸ ਨੂੰ ਇਸ ਸੰਸਾਰ ਦੇ ਵਿੱਚ ਆ ਕੇ ਅਸੀਂ ਸਾਰੇ ਭੁੱਲ ਗਏ ਸੀ, ਕਿਵੇਂ ਆਪਾਂ ਉਸ ਦੇ ਉੱਪਰ ਹੁਣ ਵਾਪਸੀ ਕਰੀਏ। ਅੱਜ ਦਾ ਜੋ ਇਹ ਪਵਿੱਤਰ ਦਿਹਾੜਾ ਹੈ, ਸਰਬੰਸ ਦਾਨੀ ਸਾਹਿਬ ਕਮਾਲ ਦਸਵੇਂ ਪਾਤਸ਼ਾਹ ਜੀ ਦੇ ਆਗਮਨ ਪੁਰਬ ਦਾ, ਆਪ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਜੋ ਉਹਨਾਂ ਦਾ ਸੰਦੇਸ਼ ਸੀ ਇਸ ਸੰਸਾਰ ਦੇ ਵਿੱਚ ਆਏ ਹੋਏ ਹਰ ਇੱਕ ਜੀਵ ਦੇ ਲਈ, ਉਸ ਸੰਦੇਸ਼ ਦੀ ਕਮਾਈ ਕਰਨ ਦੇ ਲਈ ਸਾਨੂੰ ਉਹਨਾਂ ਦੇ ਬਚਨਾਂ ਦਾ ਭੇਤ ਹੋਣਾ ਚਾਹੀਦਾ ਹੈ ਕਿ ਉਹ ਸਾਨੂੰ ਸੰਦੇਸ਼ ਕੀ ਦੇ ਕੇ ਗਏ, ਕਿਉਂਕਿ ਗੁਰੂ ਦੀ ਮੱਤ ਜਿਹੜੀ ਹੈ, ਗੁਰੂ ਦੇ ਬਚਨ ਜਿਹੜੇ ਨੇ, ਉਹਨਾਂ ਨੂੰ ਕਮਾਉਣ ਦੇ ਨਾਲ ਹੀ ਸੰਸਾਰ ਦੇ ਵਿੱਚ ਲਾਹਾ ਮਿਲਦਾ ਹੈ। ਇੱਕ ਆਮ ਪੁਰਸ਼ ਹੁੰਦਾ ਹੈ, ਆਮ ਮਨੁੱਖ ਹੈ, ਇੱਕ ਗੁਰੂ ਹੈ, ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਹੈ? ਜਿਹੜਾ ਸੰਸਾਰੀ ਜੀਵ ਹੈ, ਉਸ ਦੀ ਜਿਹੜੀ ਮੱਤ ਹੈ, ਉਸ ਦਾ ਜਿਹੜਾ ਮਨ ਹੈ, ਉਹ ਮਾਇਆ ਦੇ ਵੱਸ ਹੈ, ਪੰਜਾਂ ਦੂਤਾਂ ਦੇ ਵੱਸ ਹੈ। ਉਹ ਪੰਜਾਂ ਦੂਤਾਂ ਅਤੇ ਮਾਇਆ ਦੇ ਵੱਸ ਹੋ ਕੇ ਹੀ ਸੋਚਦਾ ਹੈ, ਬਚਨ ਕਰਦਾ ਹੈ, ਅਤੇ ਦੂਸਰਿਆਂ ਨੂੰ ਵੀ ਉਹ ਮਾਇਆ ਦੀ ਮੱਤ ਦੇ ਮੁਤਾਬਕ ਹੀ ਪ੍ਰੇਰਣਾ ਦਿੰਦਾ ਹੈ। ਜੋ ਗੁਰੂ ਹੈ, ਉਸ ਦਾ ਜਿਹੜਾ ਮਨ ਹੈ, ਉਹ ਸੰਸਾਰੀ ਮਾਇਆ ਤੋਂ ਉੱਪਰ ਚੌਥੇ ਪਦ ਦੇ ਵਿੱਚ ਵਾਸ ਕਰਦਾ ਹੈ। ਜੋ ਗੁਰੂ ਦੇ ਮਨ ਦੀ ਜੋਤ ਹੈ, ਉਹ ਨਾਮ ਦੇ ਵਿੱਚੋਂ ਪ੍ਰਗਟ ਹੋਈ ਹੈ। ਉਹ ਚਾਹੇ ਪ੍ਰਲੋਕ ਦੇ ਵਿੱਚ ਹੋਣ, ਚਾਹੇ ਲੋਕ ਦੇ ਵਿੱਚ ਹੋਣ, ਉਹ ਹਮੇਸ਼ਾ ਹੀ ਸੱਚਖੰਡ ਵਾਸੀ ਨੇ, ਕਿਉਂਕਿ ਧਿਆਨ ਦੁਆਰਾ ਉਹਨਾਂ ਨੇ ਦ੍ਰਿੜਤਾ ਐਸੀ ਕਰ ਲਈ ਹੈ ਕਿ ਉਹਨਾਂ ਦਾ ਧਿਆਨ ਹਮੇਸ਼ਾ ਹੀ ਸੱਚ ਦੇ ਚਰਨਾਂ ਦੇ ਵਿੱਚ ਰਹਿੰਦਾ ਹੈ। ਹਾਜ਼ਰ ਨਾਜ਼ਰ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਜੋਤ ਦੇ ਵਿੱਚ ਇਕਾਗਰਤਾ ਬਣੀ ਰਹਿੰਦੀ ਹੈ। ਫਿਰ ਐਸੇ ਜੋ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸੰਸਾਰ ਦੇ ਵਿੱਚ ਆ ਕੇ ਰਾਜ ਪ੍ਰਗਟ ਕੀਤਾ, ਸੱਚ ਦਾ ਨਾਮ ਦਾ ਰਾਜ ਪ੍ਰਗਟ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਸ ਦੇ ਪ੍ਰਥੇ ਆਏ ਗੁਰਬਾਣੀ ਵਿੱਚ ਕਿਹਾ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਸੱਚ ਦੀ
ਅਤੇ ਉਸ ਨਾਮ ਦੀ ਨਿਉਂ ਦੇਖ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਦੇ ਵਿੱਚ ਨਾਮ ਦਾ ਰਾਜ ਪ੍ਰਗਟ ਕੀਤਾ ਕਿ ਅਸੀਂ ਸੰਸਾਰੀ ਜੀਵ ਜਿਹੜੇ ਹੈ ਉਹ ਇੱਥੋਂ ਦੇ ਵਿਚਾਰਾਂ ਦੇ ਬੰਨਣਾਂ ਦੇ ਵਿੱਚ ਬੱਝ ਗਏ ਹਾਂ, ਆਪ ਦਾ ਪਿਛੋਕੜ ਅਸੀਂ ਭੁੱਲ ਗਏ ਹਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੇ ਵੀ ਆਪ ਦੇ ਪਿਛੋਕੜ ਨੂੰ ਯਾਦ ਕਰਨਾ ਚਾਹੁੰਦੇ ਹੈ, ਇਸ ਵਿਚਾਰਾਂ ਦੀ ਫਾਈ ਦੇ ਵਿੱਚੋਂ ਨਿਕਲਣਾ ਚਾਹੁੰਦੇ ਹੈ, ਉਹ ਨਾਮ ਦਾ ਰਾਜ ਜਿਹੜਾ ਹੈ ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੇ ਕੇ ਭੇਜਿਆ ਹੈ, ਉਸ ਨਾਮ ਦੇ ਰਾਜ ਨੂੰ ਬੁੱਝ ਲਓ। ਹੁਣ ਜਿਹੜੀ ਆਪਣੇ ਮਨਾਂ ਦੀ ਅਵਸਥਾ ਹੈ, ਸਾਡਾ ਮਨ ਜਿਹੜਾ ਹੈ ਉਹ ਨਾਮ ਤੋਂ ਬਹੁਤ ਦੂਰ ਹੋ ਚੁੱਕਿਆ। ਹਾਲਾਂਕਿ ਇਸੇ ਹੀ ਦੇਹੀ ਦੇ ਵਿੱਚ ਨਾਮ ਦਾ ਵਾਸਾ ਹੈ, ਇਸੇ ਹੀ ਦੇਹੀ ਦੇ ਵਿੱਚ ਸਾਡਾ ਮਨ ਵੱਸਦਾ। ਇਹ ਜਿਹੜਾ ਮਾਨਸ ਰੂਪੀ ਸਰੀਰ ਹੈ 10 ਦਰਵਾਜ਼ਿਆਂ ਦਾ ਬਣਿਆ ਹੋਇਆ ਹੈ, ਇਸੇ ਸਰੀਰ ਦੇ ਵਿੱਚ ਹੀ ਉਹ ਸੱਚਾ ਨਾਮ ਹੈ ਜਿਸ ਦੀ ਪ੍ਰਾਪਤੀ ਹੋਣ ਤੋਂ ਬਾਅਦ ਸਾਨੂੰ ਰਾਜ ਮਿਲ ਜਾਂਦਾ ਹੈ। ਸਾਡੇ ਉੱਪਰ ਜਿਹੜੀ ਕਾਲ ਦੀ ਤਾਕਤ ਹੈ, ਮਾਇਆ ਦੀ ਤਾਕਤ ਹੈ, ਉਹ ਅਸਰ ਨਹੀਂ ਕਰਦੀ। ਸਾਡੇ ਉੱਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਾਲ ਜਿਹੜਾ ਹੈ ਉਹ ਅਸਰ ਨਹੀਂ ਕਰਦਾ। ਹੁਣ ਸਾਡੇ ਉੱਪਰ ਅਸਰ ਹੈ, ਜਿਉਂ ਹੀ ਅਸੀਂ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਆਏ, ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਆਉਂਦਿਆਂ ਹੀ ਸਾਡੇ ਉੱਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜਾਲ ਪਾ ਲੈਣਾ ਹੁੰਦਾ ਹੈ। ਅਤੇ ਫਿਰ ਜਿਵੇਂ ਸਵਾਸਾਂ ਦਾ ਧਨ ਸਾਡਾ ਮਾਤਾ ਦੇ ਗਰਭ ਤੋਂ ਬਾਹਰ ਆ ਕੇ ਸ਼ੁਰੂ ਹੋਇਆ, ਜਿਵੇਂ ਜਿਵੇਂ ਸਵਾਸਾਂ ਦਾ ਧਨ ਸਾਡਾ ਚੱਲਦਾ ਜਾਂਦਾ ਹੈ, ਉਹ ਸਵਾਸਾਂ ਦੇ ਨਾਲ ਸਾਨੂੰ ਅੰਦਰੋਂ ਫੁਰਨੇ ਵੀ ਆਉਂਦੇ ਨੇ, ਪਰ ਉਹ ਜਿਹੜੇ ਫੁਰਨੇ ਹੈ ਉਹ ਗੁਰੂ ਦੀ ਮਤ ਮੁਤਾਬਕ ਨਹੀਂ ਆਉਂਦੇ। ਇਹ ਪੰਜੇ ਦੂਤ ਸਾਨੂੰ ਅੰਦਰੋਂ ਵਿਚਾਰ ਦੇਣੇ ਸ਼ੁਰੂ ਕਰ ਦਿੰਦੇ ਆ। ਉਹ ਫੁਰਨੇ ਜਿਹੜੇ ਹੈ ਉਸਨੂੰ ਗੁਰਬਾਣੀ ਵਿੱਚ ਮਨਮਤ ਕਿਹਾ, ਆਪ ਮੁਹਾਰੇ ਐਸੇ ਐਸੇ ਫੁਰਨੇ ਆਉਣੇ ਕਿ ਜਿਸ ਦੇ ਜਿਹੜੇ ਫੁਰਨਿਆਂ ਨੂੰ ਲੈਣ ਦੇ ਨਾਲ, ਜਿਨ੍ਹਾਂ ਫੁਰਨੇ ਦੇ ਉੱਪਰ ਵਿਚਾਰ ਕਰਨ ਦੇ ਨਾਲ ਸਾਡਾ ਮਨ ਜਿਹੜਾ ਹੈ ਉਹ ਅਗਨ ਦੇ ਵਿੱਚ ਚਲਿਆ ਜਾਂਦਾ, ਅਗਨ ਸਾਗਰ ਵਿੱਚ ਚਲਿਆ ਜਾਂਦਾ, ਬਿਕ ਸਾਗਰ ਵਿੱਚ ਚਲਿਆ ਜਾਂਦਾ। ਹੁਣ ਅਗਨ ਅਤੇ ਬਿਕ ਸਾਗਰ ਦੇ ਵਿੱਚ ਜਾ ਕੇ ਸਾਡਾ ਮਨ ਜਿਹੜਾ ਹੈ ਉਹ ਮਾਇਆ ਰੂਪੀ ਅਗਨ ਦੇ ਵਿੱਚ ਸੜਦਾ, ਜਿਸ ਦੇ ਬਾਰੇ ਗੁਰਬਾਣੀ ਗੁਰੂ ਦੇ ਵਿੱਚ ਭੇਤ ਦਿੱਤਾ ਹੈ, ਜੈਸੀ ਅਗਨ ਉਧਰ ਮਾਹੇ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਿਵੇਂ ਦੀ ਅਗਨ ਮਾਤਾ ਦੇ ਗਰਭ ਦੇ ਵਿੱਚ ਹੈ ਉਸੇ ਤਰ੍ਹਾਂ ਦੀ ਹੀ ਅਗਨ ਜਿਹੜੀ ਹੈ ਇਸ ਸੰਸਾਰੀ ਮਾਇਆ ਨੂੰ ਕਿਹਾ, ਵਿਚਾਰਾਂ ਨੂੰ ਕਿਹਾ। ਅਤੇ ਮਹਾਰਾਜ ਕਹਿੰਦੇ ਵੀ ਜਿਹਨੂੰ ਅਗਨ ਦੇ ਵਿੱਚ ਕਿਵੇਂ ਅਗਨ ਤੋਂ ਬਚਾਅ ਕਰਨਾ ਹੈ ਇਹ ਨਹੀਂ ਭੇਤ, ਉਹਨੂੰ ਇਹ ਅਗਨ ਜਾਲ ਦਿੰਦੀ ਹੈ। ਹੁਣ ਅਸੀਂ ਜਿਉਂ ਮਾਤਾ ਦੇ ਗਰਭ ਤੋਂ ਬਾਹਰ ਆਏ, ਆਣ ਕੇ ਅਸੀਂ ਸਿੱਧਾ ਸਾਵਾਂ ਜਿਹੜੇ ਆ ਵਿਚਾਰ ਲਈ ਜਾਂਦੇ ਹਾਂ, ਜਿਸ ਤਰ੍ਹਾਂ ਦਾ ਵੀ ਵਿਚਾਰ ਆਉਂਦਾ ਸਾਡੇ ਮਨ ਦੇ ਵਿੱਚ, ਚਾਹੇ ਉਹ ਕ੍ਰੋਧ ਦਾ ਆਉਂਦਾ, ਲੋਭ ਦਾ ਆਉਂਦਾ, ਮੋਹ ਹੰਕਾਰ ਦਾ ਆਉਂਦਾ, ਜਿਵੇਂ ਫੁਰਨੇ ਸਾਨੂੰ ਅੰਦਰੋਂ ਪੰਜੇ ਦੂਤ ਦੇਈ ਜਾਂਦੇ ਆ, ਆਪਾਂ ਉਹਨਾਂ ਫੁਰਨਿਆਂ ਦੇ ਹਿਸਾਬ ਨਾਲ ਚੱਲੀ ਜਾਂਦੇ। ਫੁਰਨਿਆਂ ਦੇ ਵਿੱਚ ਸਾਡੀ ਐਸੀ ਮਤ ਦ੍ਰਿੜ ਹੋ ਗਈ, ਅਸੀਂ ਐਸੀ ਸਿਆਣਪ ਦ੍ਰਿੜ ਕਰ ਗਏ,
ਸਾਡਾ ਲਗਾਵ ਇੰਨਾ ਪਵਾ ਦਿੱਤਾ ਇਹਨਾਂ ਪੰਜਾਂ ਦੂਤਾਂ ਨੇ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸੰਸਾਰ ਵਿੱਚ ਅਤੇ ਸਾਡੇ ਵਿੱਚ ਕੀ ਫਰਕ ਹੈ। ਅਸੀਂ ਗੁਰੂ ਦੀ ਮੱਤ ਲੈਣੀ ਨਹੀਂ ਚਾਹੁੰਦੇ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਸੰਸਾਰ ਦੇ ਵਿੱਚ ਆ ਕੇ ਖੇਡ ਸਾਨੂੰ ਦੱਸੀ ਹੈ ਉਹ ਬਿਲਕੁਲ ਉਲਟ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਦੇ ਵਿੱਚ ਸਵਾਲ ਕੀਤਾ ਹੈ, ਇਹ ਜੀ ਤੂੰ ਕੌਣ, ਕਹਾਂ ਤੇ ਆਇਓ। ਸਾਨੂੰ ਪੁੱਛਦੇ ਨੇ ਵੀ ਤੁਹਾਨੂੰ ਪਤਾ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਤਾਂ ਅਸੀਂ ਉਹਨਾਂ ਨੂੰ ਆਪਦੇ ਸੰਸਾਰ ਦੇ ਘਰ ਦਾ ਐਡਰੈਸ ਦੱਸ ਦਿੰਦੇ ਹਾਂ, ਅਸੀਂ ਸੰਸਾਰੀ ਮਾਤਾ ਪਿਤਾ ਦਾ ਨਾਮ ਦੱਸ ਦਿੰਦੇ ਹਾਂ। ਉਸ ਤੋਂ ਬਾਅਦ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਹੈ, ਉਹ ਕਹਿੰਦੇ ਆ ਵੀ ਜਿਹੜੇ ਮਾਂ ਬਾਪ ਦਾ ਤੁਸੀਂ ਨਾਮ ਲੈ ਰਹੇ ਹੋ, ਐਸੇ ਮਾਂ ਬਾਪ ਤਾਂ ਤੁਹਾਨੂੰ ਸੰਸਾਰ ਦੇ ਵਿੱਚ ਆਉਣ 'ਤੇ ਬਹੁਤ ਵਾਰ ਮਿਲੇ ਹੈ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ, ਕਤ ਕੀ ਮਾਈ ਬਾਪ ਕਤ ਕੇਰਾ ਖਿਤੂ ਥਾਵੋ ਹਮ ਆਏ। ਜਿਹੜੇ ਮਾਂ ਬਾਪ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਘਰ ਦੀ ਤੁਸੀਂ ਗੱਲ ਕਰਦੇ ਹੋ, ਐਸੇ ਘਰ ਐਸੇ ਮਾਂ ਬਾਪ ਜਦੋਂ ਵੀ ਤੁਹਾਨੂੰ ਮਨ ਸਜਾਮਾ ਮਿਲਦਾ ਇੱਥੇ ਆ ਕੇ, ਤੁਹਾਨੂੰ ਬਹੁਤ ਵਾਰ ਇੱਥੇ ਆ ਕੇ ਇਹ ਮਾਂ ਬਾਪ ਇਹ ਘਰ ਦੁਨਿਆਵੀ ਘਰ ਮਿਲਦੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਤੁਸੀਂ ਇਹਨਾਂ ਮਾਂ ਬਾਪ ਦੇ ਵਿੱਚ ਦੁਨਿਆਵੀ ਘਰ ਦੇ ਵਿੱਚ ਜਿਹੜੇ ਚਾਰ ਫੁਰਨੇ ਸਾਡੇ ਚੱਲੀ ਜਾਂਦੇ ਹੈ, ਇਹਨਾਂ ਫੁਰਨਿਆਂ ਦੇ ਵਿੱਚ, ਮਾਇਆ ਦੇ ਫੁਰਨਿਆਂ ਵਿੱਚ, ਸੰਸਾਰੀ ਫੁਰਨਿਆਂ ਦੇ ਵਿੱਚ ਜੀਵਨ ਦਾ ਜਿਹੜਾ ਸਮਾਂ ਹੈ ਉਸ ਨੂੰ ਤੁਸੀਂ ਬਤੀਤ ਕਰ ਜਾਂਦੇ ਹੋ, ਅਤੇ ਸਾਨੂੰ ਇਹਨਾਂ ਫੁਰਨਿਆਂ ਦਾ ਮਾਇਆ ਦਾ ਭੇਤ ਨਾ ਆ ਜਾਏ, ਇਸੇ ਕਰਕੇ ਇਹ ਜਿਹੜੇ ਪੰਜੇ ਦੂਤ ਆ ਇਹ ਮਾਇਆ ਸਾਨੂੰ ਆਪਸ ਦੇ ਵਿੱਚ ਸਾਡਾ ਝਗੜਾ ਕਰਾਉਂਦੇ ਰਹਿੰਦੇ ਆ, ਆਪਸ ਦੇ ਵਿੱਚ ਸਾਨੂੰ ਉਲਝਾ ਦਿੰਦੇ ਆ। ਕਿਸੇ ਨੂੰ ਤਾਂ ਕਾਮ ਦੇ ਵਿਚਾਰਾਂ ਦੇ ਵਿੱਚ ਉਲਝਾ ਦਿੱਤਾ, ਕਿਸੇ ਨੂੰ ਇੱਕ ਦੂਜੇ ਦੇ ਦੁਬਧਾ ਦੇ ਵਿਚਾਰਾਂ ਦੇ ਵਿੱਚ ਉਲਝਾ ਦਿੱਤਾ, ਕਿਸੇ ਨੂੰ ਧਨ ਦੌਲਤ ਦੇ ਆਪਦੇ ਪਰਿਵਾਰ ਦੇ ਬੱਚਿਆਂ ਦੇ ਦੁੱਖ ਤਕਲੀਫਾਂ ਦੇ ਵਿਚਾਰਾਂ ਦੇ ਵਿੱਚ ਉਲਝਾ ਦਿੱਤਾ, ਅਤੇ ਸਾਨੂੰ ਭੇਤ ਨਹੀਂ ਆਉਣ ਦਿੰਦੇ। ਅਸੀਂ ਸੋਚਦੇ ਹਾਂ ਕਿ ਸਾਡਾ ਮਨ ਹੀ ਫੁਰਨੇ ਲਈ ਜਾ ਰਿਹਾ, ਸਾਡਾ ਮਨ ਅੰਦਰੋਂ ਫੁਰਨੇ ਲੈ ਰਿਹਾ, ਸਾਡਾ ਮਨ ਅੰਦਰੋਂ ਮੈਲਾ ਹੈ, ਸਾਡਾ ਮਨ ਹੀ ਸਭ ਕੁਛ ਕਰ ਰਿਹਾ, ਸਾਨੂੰ ਇਹ ਭੇਤ ਨਹੀਂ ਆਉਣ ਦਿੰਦੇ ਕਿ ਮਨ ਜਿਹੜਾ ਹੈ ਉਹਨੂੰ ਵਿਚਾਰ ਦਿੰਦਾ ਕੌਣ ਹੈ। ਇਹ ਪੰਜੇ ਦੂਤ ਆਪ ਦਾ ਭੇਤ ਨਹੀਂ ਆਉਣ ਦਿੰਦੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਇਸ ਦੇਹੀ ਅੰਤਰ ਪੰਚ ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਹੁਣ ਇਹ ਪੰਜੇ ਦੂਤ ਐਸੇ ਵਿਚਾਰਾਂ ਦਾ ਰੌਲਾ ਪਾਉਂਦੇ ਆ ਸਾਡੀ ਦੇਹੀ ਵਿੱਚ ਕਿ ਸਾਡੀ ਦੇਹੀ ਦੇ ਵਿੱਚ ਜਿਹੜਾ ਦਸਵਾਂ ਘਰ ਹੈ ਸਾਨੂੰ ਉਹਦਾ ਵੀ ਭੇਤ ਨਹੀਂ ਆਉਣ ਦਿੰਦੇ, ਉਹ ਗੁਪਤ ਹੋ ਗਿਆ। ਸਾਡੀ ਦੇਹੀ ਦੇ ਵਿੱਚ ਬਹੁਤ ਤਰ੍ਹਾਂ ਦਾ ਅਨਹਦ ਸਾਜ ਚੱਲਦੇ ਪਏ ਆ, ਸਾਡੀ ਦੇਹੀ ਦੇ ਵਿੱਚ ਅੰਦਰ ਨਾਦੀ ਨਾਮ ਚੱਲ ਰਿਹਾ, ਜਿਸ ਨੂੰ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਕਿਹਾ ਗਿਆ। ਜੇਕਰ ਉਸ ਨਾਮ ਦੀ ਸਾਡੇ ਸਾਨੂੰ ਪ੍ਰਾਪਤੀ ਹੋ ਜਾਏ ਤਾਂ ਸਾਨੂੰ ਜਿੰਨੇ ਵੀ ਅਸੀਂ ਸੰਸਾਰੀ ਸੁੱਖਾਂ ਦੇ ਲਈ ਇੱਕ ਦੂਜੇ ਦੇ ਅੱਗੇ
ਬੇਨਤੀਆਂ ਜੋਦੜੀਆਂ ਕਰਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਉਦਮ ਕਰੀ ਜਾਂਦੇ ਹਾਂ, ਧਨ ਦੌਲਤ ਦੇ ਲਈ ਉਦਮ ਕਰ ਰਹੇ ਹਾਂ, ਇੱਕ ਦੂਜੇ ਦੇ ਨਾਲ ਸਾਡਾ ਝਗੜਾ ਹੋ ਜਾਂਦਾ, ਉਹ ਝਗੜੇ ਸੁਲਝਾਉਣ ਦੇ ਵਿੱਚ ਅਸੀਂ ਉਦਮ ਕਰਦੇ ਰਹਿੰਦੇ ਹਾਂ, ਅਤੇ ਜੇ ਨਾਮ ਦਾ ਧਨ ਸਾਡੇ ਅੰਦਰ ਪ੍ਰਗਟ ਹੋ ਜਾਏ, ਇਹ ਸਾਰਾ ਸਹਿਜ ਸੁਭਾਏ ਸਾਨੂੰ ਆਪਣੇ ਆਪ ਹੀ ਮਿਲੀ ਜਾਏਗਾ। ਪਰ ਨਾਮ ਦਾ ਭੇਤ ਨਾ ਹੋਣ ਕਰਕੇ ਇਹ ਪੰਜੇ ਦੂਤ ਵਿਚਾਰਾਂ ਵਿੱਚ ਹੀ ਇੰਨਾ ਸਾਨੂੰ ਫੁਰਨਿਆਂ 'ਚ ਹੀ ਇੰਨਾ ਪਾ ਕੇ ਰੱਖਦੇ ਆ, ਸਾਨੂੰ ਕੰਮ ਕਾਜ ਦੀਆਂ ਫਿਕਰਾਂ, ਸਾਡੇ ਮਾਤਾ ਪਿਤਾ ਵਿੱਚ ਧਿਆਨ, ਸਾਡੇ ਭੈਣ ਭਾਈ ਦੋਸਤਾਂ ਵਿੱਚ ਧਿਆਨ, ਅੱਜ ਕੱਲ੍ਹ ਦਾ ਜਿਵੇਂ ਯੁੱਗ ਚੱਲਦਾ ਹੈ ਸੋਸ਼ਲ ਮੀਡੀਆ ਦੇ ਵਿੱਚ ਧਿਆਨ, ਸਾਡੇ ਧਿਆਨ ਦੀ ਇਕਾਗਰਤਾ ਜਿਹੜੀ ਹੈ, ਸਾਡੇ ਧਿਆਨ ਦਾ ਜਿਹੜਾ ਕੰਸਨਟ੍ਰੇਸ਼ਨ ਹੈ ਉਹ ਹੋਰ ਹੀ ਹੋਰ ਪਾਸੇ ਕਰਵਾਇਆ ਪਿਆ ਹੈ, ਅਤੇ ਜਿਹੜਾ ਨਾਮ ਜਿਹੜੇ ਮਾਲਕ ਦੀ ਜੋਤ ਸਾਡੀ ਦੇਹੀ ਦੇ ਵਿੱਚ ਇੰਨੀ ਨੇੜੇ ਹੈ, ਉੱਧਰਲੇ ਪਾਸੇ ਸਾਡੇ ਧਿਆਨ ਨੂੰ ਜਾਣ ਹੀ ਨਹੀਂ ਦਿੰਦੇ। ਅਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖੋ, ਜਦੋਂ ਤੁਸੀਂ ਘਰ ਵਿੱਚ ਇਕੱਲੇ ਬੈਠ ਕੇ ਸਿਮਰਨ ਕਰਨ ਦੇ ਲਈ ਯਤਨ ਕਰਦੇ ਹੋ ਵੀ ਸਿਮਰਨ ਕੀਤਾ ਜਾਏ, ਜਾਂ ਆਪਾਂ ਕਹਿੰਦੇ ਹਾਂ ਵੀ ਬਾਣੀ ਪੜ੍ਹ ਲਈ ਜਾਵੇ, ਤਾਂ ਤੁਸੀਂ ਦੇਖੋ ਜਦੋਂ ਤੁਸੀਂ ਸਿਮਰਨ ਕਰਨ ਲੱਗਦੇ ਹੋ ਤੁਹਾਡਾ ਮਨ ਇੱਕ ਜਗ੍ਹਾ 'ਤੇ ਰੁਕਦਾ ਹੀ ਨਹੀਂ, ਤੁਹਾਡਾ ਮਨ ਕਿਤੇ ਕਿਤੇ ਕਦੇ ਕੋਈ ਵਿਚਾਰ ਕਦੇ ਕੋਈ ਵਿਚਾਰ ਉੱਡਿਆ ਫਿਰਦਾ। ਫਿਰ ਆਪਾਂ ਕਹੀਏ ਵੀ ਆਪਾਂ ਬਾਣੀ ਪੜ੍ਹ ਲਈਏ ਕਿ ਬਾਣੀ ਦੇ ਵਿੱਚ ਕੀ ਲਿਖਿਆ ਹੋਇਆ, ਅਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਵੀ ਮਨ ਵਿਚਾਰਾਂ ਵਿੱਚ ਚਲਿਆ ਜਾਂਦਾ, ਸਾਨੂੰ ਸਮਝ ਹੀ ਨਹੀਂ ਆਉਂਦੀ, ਅਤੇ ਬਾਣੀ ਜਿਹੜਾ ਹੈ ਸਰੀਰ ਪੜ੍ਹੀ ਜਾਂਦਾ ਹੈ, ਮਨ ਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਬਾਣੀ ਦੇ ਵਿੱਚ ਲਿਖਿਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੇ ਵਿਚਾਰ ਤੁਹਾਨੂੰ ਆਉਂਦੇ ਹੈ, ਜਾਂ ਸਵੇਰੇ ਆਪਾਂ ਅੰਮ੍ਰਿਤ ਵੇਲੇ ਨਾਮ ਜਪਣ ਦੀ ਕੋਸ਼ਿਸ਼ ਕਰੀਏ, ਜਾਂ ਆਪਾਂ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰੀਏ, ਸਿਮਰਨ ਕਰਨ ਦੀ ਕੋਸ਼ਿਸ਼ ਕਰੀਏ, ਇਹ ਵਿਚਾਰ ਆਪਾਂ ਨੂੰ ਕਿੱਥੋਂ ਆਉਂਦੇ ਹੈ? ਅਤੇ ਮਹਾਰਾਜ ਕਹਿੰਦੇ ਜੇ ਤੁਸੀਂ ਇਹ ਬੁੱਝ ਜਾਓ ਤਾਂ ਤੁਹਾਡਾ ਸਾਰਾ ਹੀ ਜੀਵਨ ਜਿਹੜਾ ਉਹ ਸਫਲਾ ਹੋ ਜਾਏਗਾ। ਜਿਹੜੇ ਗੁਰਮੁਖਾਂ ਨੇ ਦੇਖਿਆ ਵੀ ਇਹ ਵਿਚਾਰ ਆਉਂਦੇ ਕਿੱਥੋਂ ਆ, ਤਾਂ ਉਹਨਾਂ ਨੇ ਫਿਰ ਅੱਗੋਂ ਸੰਗ ਕੀਤਾ, ਸਾਧ ਸੰਗਤ ਵਿੱਚ ਗਏ, ਉਹ ਕਹਿੰਦੇ ਇਹ ਵਿਚਾਰ ਜਿਹੜੇ ਆਪਾਂ ਨੂੰ ਆਉਂਦੇ ਆ ਇਹ ਆਪਣਾ ਮਨ ਨਹੀਂ, ਆਪਣੀ ਇਸ ਦੇਹੀ ਦੇ ਅੰਦਰ ਆ ਸਰੀਰ ਜਿਹੜਾ ਹੈ ਇਸ ਦੇ ਅੰਦਰ ਸੂਖਮ ਤੌਰ 'ਤੇ ਬਹੁਤ ਵੱਡਾ ਪਰਿਵਾਰ ਵੱਸਦਾ ਹੈ, ਇਨਵਿਜੀਬਲ ਜਿਹਨੂੰ ਕਹਿੰਦੇ ਹਾਂ ਆਪਾਂ, ਜਿਹੜਾ ਦੁਨਿਆਵੀ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਜੇ ਤੁਸੀਂ ਧਿਆਨ ਦੀ ਪਾਵਰ ਬਣਾਓ, ਧਿਆਨ ਦੇ ਨੇਤਰਾਂ ਦੁਆਰਾ, ਮਨ ਦੇ ਨੇਤਰਾਂ ਦੁਆਰਾ ਦੇਖੋ ਤਾਂ ਇਸ ਸਰੀਰ ਦੇ ਵਿੱਚ ਬਹੁਤ ਇੱਕ ਵੱਡਾ ਪਰਿਵਾਰ ਵੱਸਦਾ ਹੈ। ਉਹ ਸਾਨੂੰ ਫਿਰ ਦੱਸਦੇ ਆ ਵੀ ਇਸ ਪਹਿਲੋਂ ਸਭ ਤੋਂ ਪਹਿਲਾਂ ਇਹ ਬੁੱਝੋ ਕਿ ਜਿਹੜਾ ਸਾਡਾ ਦੁਨਿਆਵੀ ਸਰੀਰ ਆ ਇਹਨੂੰ ਕੌਣ ਚਲਾਉਂਦਾ ਪਿਆ, ਤਾਂ ਫਿਰ ਉੱਥੇ ਫਿਰ ਸਾਨੂੰ ਬਾਣੀ ਵਿੱਚ ਭੇਤ ਦਿੱਤਾ ਕਿ ਇਸ ਦੁਨਿਆਵੀ ਸਰੀਰ ਦੀ ਆਪ ਦੀ ਕੋਈ ਹੋਂਦ ਨਹੀਂ ਹੈ। ਇਹ ਜਿੰਨੀ ਦੇਰ ਤੱਕ ਸਾਡਾ ਸਵਾਸਾਂ ਦਾ ਧਨ ਹੈ ਉਨੀ ਦੇਰ ਤੱਕ ਇਹਦੇ ਵਿੱਚ ਜੋਤ ਸਰੂਪੀ ਮਨ ਜਿਹੜਾ ਹੈ, ਜੋਤ ਪ੍ਰਕਾਸ਼ ਦਾ ਬਣਿਆ ਹੋਇਆ, ਚਾਨਣ ਦਾ ਬਣਿਆ ਹੋਇਆ ਇੱਕ ਮਨ, ਜਿਸ ਤਰ੍ਹਾਂ ਜਲ ਹੁੰਦਾ ਹੈ, ਜਲ ਦੀ ਨਿਆਈ ਇੱਕ ਮਨ ਹੈ, ਮਨ ਦੇ ਉੱਪਰ ਆਕਾਰ ਦਿੱਤਾ ਹੋਇਆ ਇਹ ਦੇਹੀ ਨੂੰ ਉਹ ਚਲਾ ਰਿਹਾ। ਜਿੰਨੀ ਦੇਰ ਤੱਕ ਸਵਾਸਾਂ ਦਾ ਧਨ ਹੋਏਗਾ ਮਨ ਸਰੀਰ ਦੇ ਵਿੱਚ ਰਹਿੰਦਾ, ਜਦੋਂ ਸਵਾਸਾਂ ਦਾ ਧਨ ਖਤਮ ਹੋ ਗਿਆ ਮਨ ਇਸ ਦੇਹੀ ਤੋਂ ਬਾਹਰ ਨਿਕਲ ਜਾਂਦਾ। ਉਸੇ ਤਰ੍ਹਾਂ ਇਸ ਦੇਹੀ ਦੇ ਵਿੱਚ ਹੋਰ ਵੀ ਪੰਜ ਜੋਤਾਂ ਆ ਜਿਨ੍ਹਾਂ ਨੂੰ ਗੁਰਬਾਣੀ ਵਿੱਚ ਕਾਮ ਕਰੋ ਲੋਭ ਮੋਹ ਹੰਕਾਰ ਕਿਹਾ ਗਿਆ, ਉਹਨਾਂ ਦਾ ਸੁਭਾਅ ਦੇਖ ਕੇ ਉਹ ਸਾਨੂੰ ਵਿਚਾਰ ਦਿੰਦੇ ਆ।
ਅਤੇ ਉਹ ਵਿਚਾਰ ਦੇ ਦੇ ਕੇ ਸਾਡਾ ਧਿਆਨ ਹਮੇਸ਼ਾ ਹੀ ਦੁਨੀਆਂ ਦੇ ਕੰਮਾਂ ਵਿੱਚ, ਸਾਡੇ ਧਨ ਦੌਲਤ ਵਿੱਚ, ਸਾਡੇ ਜੋਬ ਵਿੱਚ, ਸਾਡੇ ਪਰਿਵਾਰ ਵਿੱਚ ਐਸੇ ਐਸੇ ਡਰ ਸਾਡੇ ਮਨ 'ਚ ਵਸਾ ਦਿੰਦੇ ਹੈ ਕਿ ਆਪਾਂ ਜੇ ਚਾਹੀਏ ਕਿ ਆਪਣੀ ਦੇਹੀ ਦੇ ਵਿੱਚ ਸੱਚ ਦੀ ਖੋਜ ਕਰ ਲਈਏ, ਜੋ ਸਾਡੇ ਅੰਦਰ ਅਨਹਦ ਬਾਣੀ ਵੱਜ ਰਹੀ ਹੈ ਉਹਦੀ ਖੋਜ ਕਰ ਲਈਏ, ਨਾਮ ਦੀ ਪ੍ਰਾਪਤੀ ਕਰ ਲਈਏ, ਕਿਉਂਕਿ ਆਪਾਂ ਰੋਜ਼ ਪੜ੍ਹਦੇ ਹਾਂ ਦਾਨਾ ਸਿਰ ਦਾਨ ਨਾਮ ਦਾਨ, ਆਪਾਂ ਰੋਜ਼ ਅਰਦਾਸ ਵੀ ਕਰਦੇ ਹਾਂ, ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਆਪਾਂ ਅਰਦਾਸ ਕਰ ਦਿੰਦੇ ਹਾਂ ਵੀ ਸਾਰੇ ਖਾਲਸੇ ਨੂੰ ਸਾਰੇ ਸਰਬੱਤ ਨੂੰ ਵਾਹਿਗੁਰੂ 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 ਯਾਦ ਰਹੇ, ਅਤੇ ਜੇ ਯਾਦ ਰਹੇਗਾ ਤਾਂ ਹੀ ਸਰਬ ਸੁੱਖ ਹੋਏਗਾ। ਆਪਾਂ ਕਹਿ ਦਿੰਦੇ ਹਾਂ ਦਾਨਾ ਸਿਰ ਦਾਨ ਨਾਮ ਦਾਨ, ਪਰ ਉਹ ਨਾਮ ਦਾ ਸਾਨੂੰ ਪਤਾ ਨਹੀਂ ਵੀ ਦੇਹੀ ਵਿੱਚ ਕਿੱਥੇ ਨਾਮ ਹੈ ਜਾਂ ਨਾਮ ਕਿਵੇਂ ਦਾ ਹੁੰਦਾ ਹੈ ਜਾਂ ਉਹ ਨਾਮ ਦਾ ਦਾਨ ਜਿਨ੍ਹਾਂ ਨੂੰ ਮਿਲਦਾ ਉਹਨਾਂ ਦੀ ਕੀ ਅਵਸਥਾ ਹੈ। ਇਸੇ ਕਰਕੇ ਆਪਾਂ ਦੁਖੀ ਹਾਂ। ਜਿਹੜਾ ਸਾਡਾ ਸਰੀਰ ਹੈ, ਜਿੰਨੇ ਵੀ ਇਸ ਆਕਾਸ਼ ਦੇ ਵਿੱਚ ਖੰਡ ਬ੍ਰਹਿਮੰਡ ਨੇ, ਜਿੰਨੀਆਂ ਧਰਤੀਆਂ ਹੈ, ਉਹ ਸਾਰੀਆਂ ਧਰਤੀਆਂ ਦਾ ਇੱਕ ਇੱਕ ਕਣ ਲੈ ਲਿਆ ਜਾਵੇ, ਇੱਕ ਇੱਕ ਕਣ ਲੈ ਕੇ ਉਸ ਦੀ ਮਿੱਟੀ ਬਣਾ ਕੇ ਗੁੰਨਿਆ ਜਾਵੇ ਤਾਂ ਸਾਡਾ ਸਰੀਰ ਬਣਦਾ ਹੈ। ਲੱਖਾਂ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੀ ਮਿੱਟੀ ਤੋਂ ਇਹ ਸਾਡਾ ਸਰੀਰ ਬਣਿਆ ਹੋਇਆ, ਹਰ ਇੱਕ ਖੰਡ ਬ੍ਰਹਿਮੰਡ ਦਾ ਕਣ ਇਸ ਸਰੀਰ ਵਿੱਚ ਮੌਜੂਦ ਹੈ। ਇਹਨੂੰ ਆਪਾਂ ਸਿਰਫ ਬਾਹਰੀ ਤੌਰ 'ਤੇ ਦੇਖਦੇ ਹਾਂ, ਦ੍ਰਿਸ਼ਟਮਾਨ ਰੂਪ ਦੇ ਵਿੱਚ ਦੇਖਦੇ ਹਾਂ। ਜੇ ਧਿਆਨ ਦੁਆਰਾ ਆਪਾਂ ਇਸ ਸਰੀਰ ਦੇ ਵਿੱਚ ਦੇਖੀਏ ਤਾਂ ਇਸ ਕਾਇਆ ਦੇ ਅੰਦਰ ਸਾਰੇ ਖੰਡ ਬ੍ਰਹਿਮੰਡ, ਸੱਤੇ ਸਮੁੰਦਰ, ਸੱਤੇ ਆਕਾਸ਼, ਸੱਤੇ ਪਤਾਲ ਅਤੇ ਜੋ ਵੀ ਸੰਸਾਰ ਦੀ ਚੀਜ਼ ਆਪਾਂ ਬਾਹਰ ਅੱਜ ਕੱਲ੍ਹ ਜਿਸ ਤਰ੍ਹਾਂ ਇੰਟਰਨੈੱਟ 'ਤੇ ਦੇਖਦੇ ਹਾਂ, ਸੋਸ਼ਲ ਮੀਡੀਆ 'ਤੇ ਦੇਖਦੇ ਹਾਂ, ਅਤੇ ਜੇ ਸਾਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ, ਸ਼ਬਦ ਦਾ ਅਭਿਆਸ ਕਰਕੇ ਅਸੀਂ ਆਪਦੇ ਅੰਦਰੋਂ ਘਰ ਦੇ ਵਿੱਚ ਬੈਠ ਜਾਈਏ, ਉਹ ਸਾਰਾ ਅਸੀਂ ਆਪਦੀ ਦੇਹੀ ਦੇ ਵਿੱਚ ਰਾਹੀਂ ਦੇਖ ਸਕਦੇ ਹਾਂ। ਜਿਨ੍ਹਾਂ ਨੇ ਇਸ ਦੇਹੀ ਦੀ ਖੋਜ ਕੀਤੀ ਉਹਨਾਂ ਨੇ ਕਹਿ ਦਿੱਤਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਵੀ ਜਿੰਨਾ ਬ੍ਰਹਿਮੰਡ ਦਾ ਗਿਆਨ ਆ। ਹੁਣ ਦੇਖੋ, ਪੁਰਾਤਨ ਤੌਰ ਦੇ ਵਿੱਚ ਕੋਈ ਐਸੀ ਸਾਇੰਸ ਨੇ ਤਰੱਕੀ ਨਹੀਂ ਸੀ ਕੀਤੀ, ਕੋਈ ਐਸੀਆਂ ਮਸ਼ੀਨਾਂ ਨਹੀਂ ਸੀ, ਤਾਂ ਵੀ ਗੁਰਮੁਖਾਂ ਨੇ, ਜਿਨ੍ਹਾਂ ਨੇ ਗੁਰਮੰਤਰ ਦੁਆਰਾ ਸ਼ਬਦ ਦੁਆਰਾ ਆਪਦੀ ਸੁਰਤੀ ਨੂੰ ਵਿਵੇਕ ਕੀਤਾ, ਉਹਨਾਂ ਨੇ ਆਪਦੇ ਧਿਆਨ ਨੂੰ ਉੱਪਰ ਉਠਾਇਆ, ਦੇਖਿਆ ਕਿ ਇੱਕ ਧਰਤੀ ਦੇ ਉੱਪਰ ਆਪਾਂ ਵੱਸਦੇ ਪਏ ਹਾਂ, ਇਸ ਤੋਂ ਇਲਾਵਾ ਜਿਹੜੀਆਂ ਨੇ ਸੱਤ ਧਰਤੀਆਂ ਹੋਰ ਨੇ, ਅੱਠ ਧਰਤੀਆਂ ਹੈ ਅਤੇ ਨੌਵੀਂ ਧਰਤੀ ਉਹਨਾਂ ਨੇ ਇਸ ਸਰੀਰ ਨੂੰ ਕਹਿ ਦਿੱਤਾ। ਅੱਠੀ ਪੈਰੀ, ਅੱਠ ਖੰਡ, ਨੌਵਾਂ ਖੰਡ ਸਰੀਰ। ਫਿਰ ਉਹਨਾਂ ਨੇ ਇੱਥੋਂ ਗਲੈਕਸੀਆਂ ਦੀ ਖੋਜ ਕੀਤੀ, ਫਿਰ ਉਹਨਾਂ ਨੇ ਸੌਰ ਮੰਡਲ ਦੇ ਵਿੱਚ ਜਾ ਕੇ ਹੋਰ ਜਿੱਥੇ ਜਿੱਥੇ ਦੁਨੀਆਂ ਦਾ ਵਾਸਾ ਹੈ ਉਹਦੀ ਖੋਜ ਕੀਤੀ। ਉਹ ਕਿੱਥੋਂ ਚੱਲਿਆ ਕੰਮ? ਸ਼ਬਦ ਦੁਆਰਾ ਆਪਦੀ ਮਨ ਨੂੰ ਜੋੜਿਆ, ਮਨ ਨੂੰ ਸਭ ਇਹਨਾਂ ਵਿਚਾਰਾਂ ਤੋਂ ਮੁਕਤ ਕੀਤਾ, ਫਿਰ ਧਿਆਨ ਦੀ ਪਾਵਰ ਦੇ ਵਿੱਚ ਜਾ ਕੇ ਉਹਨਾਂ ਨੇ ਦੇਹੀ ਦੇ ਵਿੱਚੋਂ ਸਾਰੇ ਖੰਡ ਬ੍ਰਹਿਮੰਡ ਦੀ ਖੋਜ ਕਰ ਲਈ। ਇਕੱਲੇ ਖੰਡ ਬ੍ਰਹਿਮੰਡ ਦੀ ਖੋਜ ਨਹੀਂ ਕੀਤੀ, ਇਸ ਸਰੀਰ ਦੇ ਵਿੱਚ ਕਿੰਨੀਆਂ ਨਾੜੀਆਂ, ਇਹ ਸਾਡਾ ਸਰੀਰ ਕਿਵੇਂ ਤਿਆਰ ਕੀਤਾ ਗਿਆ, ਇਸ ਦੇ ਵਿੱਚ ਕਿੰਨੇ ਖੰਡ ਹੈ, ਕਿੰਨੀਆਂ ਖਾਣੀਆਂ ਹੈ, ਉਹ ਸਾਰਾ ਸਾਨੂੰ ਮਹਾਰਾਜ ਦੀ ਬਾਣੀ ਵਿੱਚ ਦੱਸ ਦਿੱਤਾ। ਬਟੂਆ ਏਕ ਬਹੱਤਰ ਅਧਾਰੀ, ਇਸ ਸਰੀਰ ਦੇ ਵਿੱਚ 72 ਮੁੱਖ ਨਾੜੀਆਂ ਹੈ ਜਿਨ੍ਹਾਂ ਦੁਆਰਾ ਇਸ ਸਰੀਰ ਦਾ ਤਾਣਾ ਬਾਣਾ ਬੁਣਿਆ ਗਿਆ।
ਇਸ ਸਰੀਰ ਦੇ ਵਿੱਚ ਚਾਰ ਖਾਣੀਆਂ ਹੈ ਜਿਨ੍ਹਾਂ ਦੁਆਰਾ ਇਸ ਸਰੀਰ ਦੇ ਤੱਤ ਜਿਹੜੇ ਆ ਬਣਾਏ ਜਾ ਰਹੇ ਆ, ਅੰਡਜ ਜੇਰਜ ਸਿਤਜ ਕੀਨੀ ਉਤ ਭੁਜ ਖਾਨ ਬਹੁ ਰਚਦੀਨੀ। ਬਾਹਰ ਵੀ ਚਾਰ ਖਾਣੀਆਂ, ਇਸ ਦੇਹੀ ਵਿੱਚ ਵੀ ਚਾਰ ਖਾਣੀਆਂ। ਇਸੇ ਤਰ੍ਹਾਂ ਇਹ ਸਰੀਰ ਦੇ ਵਿੱਚ ਚਾਰ ਖੰਡ ਨੇ, ਪੰਜਵਾਂ ਖੰਡ ਉਹਦਾ ਮਾਲਕ ਦਾ ਆਪ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਆ ਵੀ ਵੇਖੋ ਇੰਨਾ ਖਜ਼ਾਨਾ ਸਰੀਰ ਦੇ ਵਿੱਚ ਹੈ, ਪਰ ਸਾਨੂੰ ਵਿਚਾਰਾਂ ਤੋਂ ਫੁਰਸਤ ਮਿਲੇ, ਜਿਹੜੀ ਮਾਇਆ ਦੇ ਨਾਲ ਸਾਡਾ ਸੰਬੰਧ ਜੋੜ ਦਿੱਤਾ ਗਿਆ, ਹਰ ਜਾਮੇ ਵਿੱਚ ਸਾਨੂੰ ਇੱਥੇ ਮਾਤਾ ਪਿਤਾ ਭੈਣ ਭਾਈ, ਹਰ ਜਾਮੇ ਦੇ ਵਿੱਚ ਸਾਨੂੰ ਇੱਥੇ ਜ਼ਮੀਨ ਜਾਇਦਾਦ ਸਾਡੇ ਘਰ ਸਾਨੂੰ ਮਿਲਦੇ ਹੈ। ਕਿਉਂਕਿ ਜਦੋਂ ਵੀ ਆਪਾਂ ਇਨਸਾਨੀ ਜਾਮਾ ਲੈ ਕੇ ਇਸ ਧਰਤੀ 'ਤੇ ਆਉਣਾ, ਉਹ ਇਨਸਾਨੀ ਜਾਮੇ ਨੂੰ ਚਲਾਉਣ ਦੇ ਲਈ ਸਾਨੂੰ ਇੱਥੇ ਸਹੂਲਤ ਦੇ ਵਜੋਂ ਇੱਕ ਮਾਤਾ ਪਿਤਾ ਭੈਣ ਭਾਈ ਸਾਕ ਸੰਬੰਧੀ ਸਭ ਦੇ ਦਿੱਤਾ ਜਾਂਦਾ। ਪਰ ਆਪੋ ਜਾਮਾ ਇਸੇ ਤਰ੍ਹਾਂ ਹੀ ਜੋ ਸਾਕ ਸੰਬੰਧੀ ਦਿੱਤੇ ਉਹਨਾਂ ਨਾਲ ਕਿਸੇ ਨਾਲ ਲੜਾਈ ਕਰ ਲਈ, ਕਿਸੇ ਨਾਲ ਦੋਸਤੀ ਕਰ ਲਈ, ਜੋ ਜ਼ਮੀਨ ਜਾਇਦਾਦ ਦਿੱਤੀ ਜਾਂਦੀ ਹੈ ਕੋਈ ਉਸਨੂੰ ਵਧਾਉਣ ਲੱਗ ਜਾਂਦਾ, ਕੋਈ ਉਸਨੂੰ ਵੇਚਣ ਲੱਗ ਜਾਂਦਾ। ਜੋ ਮਾਂ ਬਾਪ ਦਿੱਤੇ ਜਾਂਦੇ ਨੇ ਉਹਨਾਂ ਦੇ ਨਾਲ ਅਸੀਂ ਮੋਹ ਦੇ ਬੰਨਣਾ ਦੇ ਵਿੱਚ ਬੰਨ ਜਾਂਦੇ ਹਾਂ ਅਤੇ ਸਾਨੂੰ ਉਹਨਾਂ ਤੋਂ ਪਰੇ ਫਿਰ ਕੁਛ ਦਿਖਦਾ ਹੀ ਨਹੀਂ। ਅਤੇ ਜੋ ਸਾਨੂੰ ਭੈਣ ਭਾਈ ਸੁੱਤ ਬੰਧਪ ਭਾਵ ਸਾਡੇ ਬੱਚੇ ਸਾਡੀ ਘਰਵਾਲੀ ਘਰਵਾਲਾ ਦਿੱਤੇ ਜਾਂਦੇ ਨੇ ਉਹਦੇ ਕਾਮ ਦੇ ਵਿੱਚ ਉਹਦੇ ਕ੍ਰੋਧ ਦੇ ਵਿੱਚ ਪੈ ਜਾਂਦੇ ਹਾਂ, ਸਾਨੂੰ ਸੁੱਝਦਾ ਹੀ ਨਹੀਂ। ਅਤੇ ਜਦੋਂ ਜਿਵੇਂ ਹੀ ਆਪਾਂ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਆਉਂਦੇ ਹਾਂ, ਸਾਰੇ ਦਾ ਸਾਰਾ ਉਸੇ ਹੀ ਘੁੰਮਣ ਘੇਰੀ ਵਿੱਚ ਖਤਮ ਕੀਤਾ। ਪਿਛਲੇ ਸਾਨੂੰ ਯਾਦ ਕਰੀ ਜਾਂਦੇ ਨੇ, ਅਸੀਂ ਪਿਛਲਿਆਂ ਨੂੰ ਯਾਦ ਕਰਦੇ ਕਰਦੇ ਇੱਥੋਂ ਸਵਾਸਾਂ ਦਾ ਤਨ ਖਤਮ ਹੁੰਦਾ, ਦੁਬਾਰੇ ਫਿਰ ਉਸੇ ਤਰ੍ਹਾਂ ਦੇ ਜਨਮ ਮਰਨ ਵਿੱਚ ਆ ਜਾਂਦੇ। ਕਿਉਂਕਿ ਸੰਸਾਰ ਦੇ ਵਿੱਚ ਧਿਆਨ ਦਾ ਖੇਡ ਚੱਲਦਾ ਹੈ, ਲਾਅ ਆਫ ਅਟਰੈਕਸ਼ਨ ਚੱਲਦੀ ਹੈ। ਜਿੰਨੀ ਦੇਰ ਤੱਕ ਤੁਸੀਂ ਇਸ ਦੇਹੀ ਦੇ ਵਿੱਚ ਹੋ, ਤੁਹਾਡਾ ਜੀਵਨ ਚੱਲਦਾ ਪਿਆ, ਤੁਸੀਂ ਜਿਵੇਂ ਦਾ ਸੋਚੋਗੇ ਉਵੇਂ ਦਾ ਤੁਹਾਨੂੰ ਮਿਲੇਗਾ। ਜਿਵੇਂ ਕੋਈ ਛੋਟੇ ਹੁੰਦੇ ਤੋਂ ਹੀ ਇੰਜੀਨੀਅਰਿੰਗ ਕਰਦਾ ਹੈ, ਕੋਈ ਛੋਟੇ ਹੁੰਦੇ ਤੋਂ ਕੋਈ ਦੁਨਿਆਵੀ ਪੜ੍ਹਾਈ ਕਰਦਾ ਹੈ, ਕੋਈ ਛੋਟੇ ਹੁੰਦੇ ਤੋਂ ਕਿਸੇ ਖੇਤੀ ਪਾਸੇ ਧਿਆਨ ਹੈ, ਕਿਸੇ ਦਾ ਬਿਜ਼ਨਸ ਪਾਸੇ ਧਿਆਨ ਹੈ, ਉਹਦਾ ਜਿੱਧਰ ਧਿਆਨ ਹੁੰਦਾ ਉਸੇ ਤਰ੍ਹਾਂ ਦਾ ਫਲ ਉਹਨੂੰ ਜੀਵਨ 'ਚ ਪ੍ਰਾਪਤ ਹੁੰਦਾ ਹੈ। ਉਹੀ ਲਾਅ ਆਫ ਅਟਰੈਕਸ਼ਨ ਜਿਹੜੀ ਹੈ, ਜਦੋਂ ਅਸੀਂ ਦੁਨਿਆਵੀ ਤੋਂ ਦੇ ਵਿੱਚ ਸਵਾਸਾਂ ਦਾ ਧਨ ਖਤਮ ਕਰਕੇ ਇਸ ਦੇਹੀ ਨੂੰ ਛੱਡ ਜਾਂਦੇ ਹਾਂ, ਅਤੇ ਉਹੀ ਫਿਰ ਅਟਰੈਕਸ਼ਨ ਸਾਨੂੰ ਅੱਗੇ ਜਿਹੜਾ ਧਿਆਨ ਸਾਡਾ ਜਿੱਥੇ ਜ਼ਿੰਦਗੀ ਜਿਉਂਦੇ ਹਾਂ ਪ੍ਰਪਾ ਕਰਿਆ, ਅੱਗੇ ਸਵਾਸਾਂ ਦਾ ਧਨ ਖਤਮ ਹੋਇਆ, ਜੋ ਸਹੂਲਤ ਸਾਨੂੰ ਇਨਸਾਨੀ ਜਾਮੇ ਵਿੱਚ ਦਿੱਤੀ ਗਈ ਸੀ, ਜਿਵੇਂ ਸਵਾਸਾਂ ਦਾ ਧਨ ਖਤਮ ਹੋਇਆ, ਜੋ ਸਾਡੇ ਮਾਤਾ ਪਿਤਾ ਭੈਣ ਭਾਈ ਪੈਸੇ ਜੋ ਦਿੱਤੇ ਸੀ ਉਹ ਵੀ ਖਤਮ ਹੋ ਗਏ, ਅਤੇ ਫਿਰ ਸਾਡਾ ਦੇਖਿਆ ਜਾਂਦਾ ਵੀ ਇਹਨੇ ਕਿੰਨੇ ਸਵਾਸ ਕਿਹੜੀ ਹੱਟ 'ਤੇ ਜਮ੍ਹਾਂ ਕੀਤੇ ਨੇ, ਕਿੰਨਾ ਧਿਆਨ ਇਹਨੇ ਕਿਹੜੇ ਵਿਚਾਰਾਂ ਦੇ ਵਿੱਚ ਜਮ੍ਹਾਂ ਕੀਤਾ। ਉਸੇ ਧਿਆਨ ਦੇ ਮੁਤਾਬਕ ਹੀ ਫਿਰ ਸਾਡੇ ਮਨ ਨੂੰ ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀਏ ਕਾਇਆ ਪਲਟ ਕੇ ਅੱਗੇ ਭੇਜ ਦਿੱਤਾ ਜਾਂਦਾ। ਹੁਣ ਆਪਾਂ ਸੱਚ ਨੂੰ ਸ਼ਬਦ ਨੂੰ ਤਾਂ ਧਿਆਇਆ ਨਹੀਂ, ਅਤੇ ਆਪਾਂ ਫਿਰ ਇਸੇ ਤਰ੍ਹਾਂ ਵਿਚਾਰਾਂ ਫੁਰਨਿਆਂ ਦੇ ਵਿੱਚ ਦ੍ਰਿੜਤਾ ਕਰਦੇ ਕਰਦੇ ਫਿਰ ਅੱਗੇ ਕਿਸੇ ਨਾ ਕਿਸੇ ਜਾਮੇ ਵਿੱਚ ਜਾਂਦੇ ਹਾਂ। ਉੱਥੇ ਜਾ ਕੇ ਫਿਰ ਸਾਨੂੰ ਇੱਕ ਨਵੇਂ ਮਾਤਾ ਪਿਤਾ ਮਿਲਦੇ ਨੇ, ਚਾਹੇ 84 ਲੱਖ ਜੂਨ ਵਿੱਚ ਚਲੇ ਜਾਈਏ, ਉਹਨਾਂ ਦੇ ਵੀ ਮਾਤਾ ਪਿਤਾ ਨੇ, ਘਰ ਨੇ, ਅਤੇ ਚਾਹੇ ਮਾਨਸ ਜਾਮੇ ਦੇ ਵਿੱਚ ਆ ਜਾਈਏ, ਉੱਥੇ ਫਿਰ ਇੱਕ ਨਵੇਂ ਮਾਤਾ ਪਿਤਾ ਘਰ ਮਿਲਦੇ ਨੇ। ਇਸ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਆ ਕਈ ਜਨਮ ਹੀ ਹੋ ਗਏ ਨੇ ਇਸੇ ਘੁੰਮਣ ਘੇਰੀ ਦੇ ਵਿੱਚੋਂ ਆਪਾਂ ਨਿਕਲ ਨਹੀਂ ਸਕੇ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ।
ਇਸ ਤਰ੍ਹਾਂ ਕੀੜਿਆਂ ਪਤੰਗਿਆਂ ਦੀਆਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵਿੱਚੋਂ ਨਿਕਲਦੇ ਸਾਡਾ ਮਨ ਹੁਣ ਇੱਥੇ ਆਇਆ। ਹੁਣ ਮਹਾਰਾਜ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਇੱਥੇ ਗੁਰਿਆਈ ਚੱਲਦੀ ਪਈ ਹੈ ਅਤੇ ਉਹਨਾਂ ਨੇ ਆਪਾਂ ਨੂੰ ਇੱਕ ਮੌਕਾ ਦਿੱਤਾ ਹੈ ਵੀ ਜੇ ਤੁਸੀਂ ਆਪਦੇ ਇਸ ਧਿਆਨ ਨੂੰ ਬਦਲ ਲਓ, ਇਸ ਧਿਆਨ ਨੂੰ ਬਦਲ ਕੇ ਕਿਸੇ ਵੀ ਮੂਰਤ ਦੇ ਵਿੱਚ, ਪੱਥਰ ਦੇ ਵਿੱਚ, ਕਿਸੇ ਫੋਟੋ ਆਕਾਰ ਵਿੱਚ, ਕਿਸੇ ਮਨੁੱਖ ਵਿੱਚ ਨਹੀਂ ਲਾਉਣਾ। ਤੁਹਾਨੂੰ ਇੱਕ ਤਰੀਕਾ ਦੱਸਦੇ ਹਾਂ, ਜੇ ਤੁਸੀਂ ਆਪਦੇ ਧਿਆਨ ਦੀ ਇਕਾਗਰਤਾ ਸ਼ਬਦ ਦੇ ਵਿੱਚ ਕਰ ਜਾਓ, ਉਹ ਸ਼ਬਦ ਜਿਹੜਾ ਪੂਰੇ ਬ੍ਰਹਿਮੰਡ ਦੇ ਵਿੱਚ ਵੱਜਦਾ ਪਿਆ, ਬਿਨਾਂ ਕਿਸੇ ਦੇ ਬੋਲਿਆ, ਬਿਨਾਂ ਕਿਸੇ ਦੇ ਵਜਾਇਆ, ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਤਾਕਤ ਦੁਆਰਾ ਚੱਲ ਰਿਹਾ, ਜਿਸ ਨੂੰ ਕਹਿੰਦੇ ਨੇ ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵੱਜੈ। ਘੱਟ ਘੱਟ ਦੇ ਵਿੱਚ ਨਾਦ ਵੱਜਦਾ ਪਿਆ, ਇੱਕ ਨਾਦ ਦੀ ਸਾਊਂਡ ਚੱਲਦੀ ਪਈ ਹੈ ਇਸ ਸਾਰੇ ਬ੍ਰਹਿਮੰਡ ਦੇ ਵਿੱਚ। ਉਸੇ ਨਾਦ ਦੀ ਆਵਾਜ਼ ਦੁਆਰਾ ਹੀ ਜਿਹੜੀਆਂ ਅਸਮਾਨ ਦੇ ਵਿੱਚ ਧਰਤੀਆਂ ਘੁੰਮ ਰਹੀਆਂ ਹੈ, ਆਪਾਂ ਕਹਿੰਦੇ ਹਾਂ ਨਾ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਗਲੇ ਜੰਤ, ਉਸੇ ਨਾਮ ਦੀ ਪਾਵਰ ਦੁਆਰਾ, ਅਨਹਦ ਦੀ ਆਵਾਜ਼ ਦੁਆਰਾ ਹੀ ਆਪਾਂ ਸਾਰੇ ਵਿਚਰ ਰਹੇ ਹਾਂ। ਆਪਣਾ ਬੋਲਣ ਦਾ, ਖਾਣ ਦਾ, ਉੱਠਣਾ ਬੈਠਣਾ, ਜਿੰਨੀ ਐਨਰਜੀ ਚੱਲਦੀ ਪਈ ਹੈ ਉਹ ਨਾਦ ਦੀ ਆਵਾਜ਼ ਦੀ ਤਾਕਤ ਦੁਆਰਾ ਉਹਨੂੰ ਨਾਮ ਕਿਹਾ ਗਿਆ। ਅਤੇ ਮਹਾਰਾਜ ਕਹਿੰਦੇ ਜੇ ਤੁਸੀਂ ਉਸ ਨਾਮ ਨੂੰ, ਉਹ ਤੁਹਾਡੀ ਦੇਹੀ ਦੇ ਅੰਦਰ, ਸਰੀਰ ਦੇ ਅੰਦਰ ਹਰ ਵਕਤ ਵੱਜਦਾ ਪਿਆ, ਉਸੇ ਨੂੰ ਨਾਮ ਕਿਹਾ, ਨਾਦ ਕਿਹਾ, ਉਹਨੂੰ ਅਨਦ ਵੀ ਕਿਹਾ, ਅਨਦ ਸੁਣੋ ਵਡਭਾਗੀ ਹੋ ਸਗਲ ਮਨੋਰਥ। ਅਤੇ ਜੇ ਤੁਸੀਂ ਉਸ ਅਨਦ ਦੇ ਨਾਲ, ਨਾਮ ਦੇ ਨਾਲ ਆਪਦਾ ਧਿਆਨ ਜੋੜ ਲਓ, ਅਤੇ ਫਿਰ ਧਿਆਨ ਉਹਦੇ ਵਿੱਚ ਰੱਖ ਕੇ ਆਪਦੇ ਦੁਨਿਆਵੀ ਕਰਮ ਕਰੀ ਜਾਓ, ਮਾਤਾ ਪਿਤਾ ਭੈਣ ਭਾਈ ਜੋ ਤੁਹਾਨੂੰ ਦਿੱਤੇ ਹੋਏ ਨੇ, ਜਿਸ ਤਰ੍ਹਾਂ ਦਾ ਵੀ ਤੁਹਾਨੂੰ ਪ੍ਰੋਫੈਸ਼ਨ ਦਿੱਤਾ ਹੋਇਆ, ਤੁਸੀਂ ਆਪਦਾ ਕਰਮ ਕਰੀ ਜਾਓ, ਨਾਲ ਨਾਲ ਤੁਸੀਂ ਆਪਦੇ ਅੰਦਰ ਉਹ ਨਾਮ ਦੀ ਆਵਾਜ਼ ਨੂੰ ਸੁਣੀ ਜਾਓ, ਨਾਲ ਨਾਮ ਜਪੀ ਜਾਓ। ਐਸੀ ਦ੍ਰਿੜਤਾ ਕਰ ਲਓ ਵੀ ਕਰਮ ਕਰਦਿਆਂ ਕਰਦਿਆਂ ਜਦੋਂ ਸਾਡਾ ਜੀਵਨ ਖਤਮ ਹੋਵੇ, ਸਾਡਾ ਧਿਆਨ ਉਸ ਨਾਮ ਦੇ ਵਿੱਚ, ਨਾਦ ਦੀ ਆਵਾਜ਼ ਦੇ ਵਿੱਚ ਹੋਵੇ, ਅਤੇ ਮਹਾਰਾਜ ਕਹਿੰਦੇ ਫਿਰ ਤੁਹਾਡਾ ਜਨਮ ਮਰਨ ਖੰਡਨ ਹੋ ਜਾਏਗਾ, ਤੁਸੀਂ ਵਾਰ ਵਾਰ ਇੱਥੇ ਜਾਮਿਆਂ 'ਚ ਨਹੀਂ ਆਓਗੇ। ਕੀ ਕਹਿੰਦੇ ਨੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਗ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ। ਤੁਹਾਡੇ ਮਨ ਦੀ ਖੰਡਾ ਬ੍ਰਹਮੰਡਾਂ ਦੇ ਵਿੱਚ ਸੋਭਾ ਹੋਏਗੀ ਜੇ ਤੁਸੀਂ ਉਸ ਨਾਮ ਦੇ ਵਿੱਚ ਆਪਦਾ ਧਿਆਨ ਜੋੜ ਲੈਂਦੇ ਹੋ। ਪਰ ਉਹ ਨਾਮ ਪ੍ਰਗਟ ਕਿਵੇਂ ਹੋਏਗਾ? ਮਹਾਰਾਜ ਕਹਿੰਦੇ ਨੌ ਸਰ ਸੂਬਰ ਦਸਵੇਂ ਪੂਰੇ ਤੈ ਅਨਹਤ ਸੁਨ ਵਜਾਵੇ ਤੂਰੇ। ਇਹ ਨੌ ਦਰਵਾਜ਼ਿਆਂ ਤੋਂ ਉੱਪਰ ਉੱਠ ਕੇ ਜਿੱਥੇ ਦਸਵਾਂ ਘਰ ਹੈ, ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਜਿਹੜਾ ਸਾਡੀ ਦੇਹੀ ਦੇ ਵਿੱਚ ਉਹ ਅਸਥਾਨ ਹੈ ਜਿਸ ਨੂੰ ਗੁਰਬਾਣੀ 'ਚ ਦਸਵਾਂ ਘਰ, ਨਿੱਜ ਘਰ, ਥਿਰ ਘਰ ਕਿਹਾ ਹੈ, ਉੱਥੇ ਉਹ ਨਾਮ ਦੀ ਆਵਾਜ਼ ਚੱਲਦੀ ਪਈ ਹੈ। ਅਤੇ ਜੇ ਤੁਸੀਂ ਗੁਰਮੰਤਰ ਦਾ ਅਭਿਆਸ ਕਰਕੇ ਇਹਨਾਂ ਵਿਚਾਰਾਂ ਤੋਂ ਉੱਪਰ ਉੱਠ ਜਾਓ, ਆਪਦੇ ਅੰਦਰ ਜੋ ਮਹਾਰਾਜ ਕਹਿੰਦੇ ਪਏ ਨੇ ਅੰਤਰ ਸੁਨੰਗ ਬਾਹਰ ਸੁਨੰਗ ਤ੍ਰੈ ਭਵਨ ਸੁਨ ਮਸੁਨੰਗ, ਜਿਹੜੀ ਅੰਦਰ ਉਹ ਸੁਨ ਹੈ ਉਹਦਾ ਭੇਤ ਲੈ ਲਓ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਪੂਰੇ ਹੋ ਸਕਦੇ ਹੋ, ਤੁਸੀਂ ਇਸ ਭਵਜਲ 'ਚੋਂ ਨਿਕਲ ਸਕਦੇ ਹੋ। ਕਿਉਂਕਿ ਉਹਨਾਂ ਨੇ ਬਚਨ ਕੀਤਾ, ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਦਿਆਂ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ। ਜਿਹੜੇ ਤੇਰੇ ਧਿਆਨ ਦੇ ਵਿੱਚ ਆਪਦਾ ਜੀਵਨ ਕੱਢ ਜਾਂਦੇ ਹੈ, ਨਾਮ ਦੇ ਧਿਆਨ ਵਿੱਚ, ਤੇਰੇ ਸਰੂਪ ਦੇ ਧਿਆਨ ਵਿੱਚ, ਗੁਰਮੰਤਰ ਦੇ ਧਿਆਨ ਵਿੱਚ, ਉਹ ਮੁਕਤੀ ਫਲ ਪ੍ਰਾਪਤ ਕਰਕੇ ਸੱਚ ਦੇ ਧਾਮ ਵਿੱਚ ਜਾਂਦੇ ਹੈ, ਪਾਵੇਂਗੇ ਭਗਵੰਤ।
ਇਹ ਪ੍ਰਚਾਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਨਾਮ ਦਾ ਸੱਚ ਦਾ ਕੀਤਾ, ਸ਼ੁਰੂ ਕੀਤਾ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਤਾਂ ਜਿਹੜੇ ਸੰਸਾਰੀ ਤੌਰ 'ਤੇ ਭਗਤੀ ਕਰਵਾਉਂਦੇ ਪਏ ਸੀ, ਕੋਈ ਰੁੱਖਾਂ ਬਿਰਖਾਂ ਦੀ ਕਰਾ ਰਿਹਾ, ਕੋਈ ਆਪਦੇ ਨਾਲ ਜੋੜ ਰਿਹਾ, ਕੋਈ ਅਸਥਾਨਾਂ ਨਾਲ ਜੋੜ ਰਿਹਾ, ਕੋਈ ਮੰਦਰਾਂ ਦੇ ਵਿੱਚ ਜੋੜ ਰਿਹਾ, ਕੋਈ ਥਿੱਤਵਾਰ ਨਾਲ ਜੋੜ ਰਿਹਾ, ਜਿਵੇਂ ਅੱਜ ਵੀ ਹੁੰਦਾ, ਉਹਨਾਂ ਦਾ ਜਿਹੜਾ ਸੀਗਾ ਇਸ ਚੀਜ਼ ਤੋਂ ਉਹਨਾਂ ਨੂੰ ਘਬਰਾਹਟ ਹੋਣ ਲੱਗੀ, ਕਿਉਂਕਿ ਉਹ ਕਾਲ ਦੇ ਅਨਾੜੀ ਸੰਤ ਸੀ, ਭੇਤ ਨਹੀਂ ਸੀ। ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਕੋਈ ਨਵੀਂ ਇੱਕ ਗੱਲ ਹੈ, ਵੀ ਨਾਮ ਦੀ ਗੱਲ ਕਰਦੇ ਆ, ਫਿਰ ਇਹ ਬਾਹਰੋਂ ਕਿਸੇ ਨਾਲ ਜੋੜਦੇ ਵੀ ਨਹੀਂ, ਜੋ ਸਰੀਰ ਦੇ ਵਿੱਚ ਹੀ ਨਾਮ ਦਾ ਖਜ਼ਾਨਾ ਉਹਨੂੰ ਪ੍ਰਗਟ ਕਰਨ ਦੀ ਗੱਲ ਕਰਦੇ ਆ, ਇਹ ਕਿਸੇ ਆਕਾਰ ਦੀ ਭਗਤੀ ਨਾਲ ਨਹੀਂ ਜੋੜਦੇ, ਦੇਹੀ ਨਾਲ ਨਹੀਂ ਜੋੜਦੇ, ਆਪਦੇ ਨਾਲ ਨਹੀਂ ਜੋੜਦੇ। ਉਹਨਾਂ ਨੇ ਕਿਸੇ ਨੂੰ ਥਿੱਤਵਾਰ ਵਿੱਚ, ਕਿਸੇ ਨੂੰ ਵੀਰ ਸ਼ੁੱਕਰ ਸ਼ਨੀ ਦੇ ਵਾਰ ਦੇ ਭਰਮਾਂ 'ਚ ਪਾਇਆ, ਕਿਸੇ ਨੂੰ ਜਲ ਪਾਣੀ ਨਾਲ ਜੋੜਿਆ, ਕਿਸੇ ਨੂੰ ਰੁੱਖਾਂ ਬਿਰਖਾਂ, ਇਹ ਜੋੜਦੇ ਨਹੀਂ, ਉਹ ਸਾਰੇ ਇਕੱਠੇ ਹੋ ਗਏ। ਇਕੱਠੇ ਹੋ ਕੇ ਉਹਨਾਂ ਨੇ ਗੁਰਮੁਖਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵਿਰੋਧ ਕੀਤਾ ਤਾਂ ਜਿਹੜੇ ਤਾਂ ਗੁਰਮੁਖਾਂ ਨੂੰ ਉਹਨਾਂ ਦੀ ਗੱਲ ਸਮਝ ਆਈ ਸੀ, ਸੰਗਤ ਨੂੰ ਗੱਲ ਗੁਰੂ ਨਾਨਕ ਦੇਵ ਦੇ ਘਰ ਦੀ ਸਮਝ ਆਉਂਦੀ ਸੀ, ਉਹਨਾਂ ਨੇ ਤਾਂ ਸਾਥ ਨਹੀਂ ਛੱਡਿਆ, ਵੀ ਇਹ ਤਾਂ ਸਾਡੀ ਦੇਹੀ ਵਿੱਚ ਜਿਹੜੇ ਵਿਚਾਰ ਫੁਰਨੇ ਆ, ਹੋਮੇ ਆ, ਉਹਦੀ ਗੱਲ ਕਰ ਰਹੇ ਆ, ਬਾਹਰੋਂ ਤਾਂ ਇਹ ਕੋਈ ਗਲਤ ਤਾਂ ਗੱਲ ਕਰ ਹੀ ਨਹੀਂ ਰਿਹਾ। ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸੰਗ ਕਰਦੇ, ਜਿਵੇਂ ਸਿਮਰਨ ਕਰਦੇ, ਉਹਨਾਂ ਨੂੰ ਸਰੀਰ ਦੇ ਵਿੱਚੋਂ ਉਹ ਅਨਹਦ, ਉਹ ਸੱਚ ਦੀ ਖੇਡ ਸਮਝ ਆਉਣ ਲੱਗ ਪੈਂਦੀ, ਉਹਨਾਂ ਨੂੰ ਅੰਦਰੋਂ ਆਨੰਦ ਆਉਣ ਲੱਗ ਪੈਂਦਾ। ਹੁਣ ਦੁਨਿਆਵੀ ਪ੍ਰਚਾਰਕ ਕਹਿੰਦੇ ਸੀ ਕਿ ਬਾਹਰ ਇਸ਼ਨਾਨ ਕਰੋ, ਇੰਨੀਆਂ ਮੱਸਿਆ ਨਹਾਓ, ਇੰਨਾ ਪੁੰਨਿਆ ਨਹਾਓ। ਉਹ ਮਹਾਰਾਜ ਕਹਿੰਦੇ ਸੀ ਮਨ ਮੰਦਰ ਤਨ ਵੇਸ਼ ਕਲੰਦਰ ਘੱਟ ਹੀ ਤੀਰਥ ਨਾਮ। ਹੁਣ ਉਹਨਾਂ ਨੇ ਪ੍ਰਚਾਰ ਕਰਨਾ ਹੈ ਵੀ ਤੁਸੀਂ ਆਪਦੇ ਸਾਰੇ ਜੀਵਨ ਦੇ ਵਿੱਚ ਚਾਰ ਮੁੱਖ ਧਾਮਾਂ ਦੇ ਦਰਸ਼ਨ ਕਰੋ, 68 ਤੀਰਥਾਂ ਦੇ ਦਰਸ਼ਨ ਕਰੋ, ਤਾਂ ਤੁਹਾਡੀ ਮੁਕਤੀ ਹੈ। ਅਤੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਹੈ ਕਿ ਜੇ ਤੁਸੀਂ ਸਿਮਰਨ ਕਰਕੇ ਅੰਦਰੋਂ ਨਾਮ ਦੀ ਪ੍ਰਾਪਤੀ ਕਰ ਜਾਂਦੇ ਹੋ ਤਾਂ 68 ਤੀਰਥ ਚੱਲ ਕੇ ਤੁਹਾਡੇ ਕੋਲ ਆ ਜਾਣਗੇ, ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ। 68 ਤੀਰਥ ਅਤੇ ਸੰਗ ਵਸੈ ਜੋ ਹਰ ਹਿਰਦੇ ਸਦਾ ਵਸਾਏ, 68 ਤੀਰਥ ਉਹਦੇ ਕੋਲ ਆ ਜਿਹੜਾ ਹਮੇਸ਼ਾ ਨਾਮ ਦੇ ਵਿੱਚ ਧਿਆਨ ਰੱਖਦਾ ਹੈ, ਉਹਦਾ ਇੰਨਾ ਫਲ ਹੈ। ਜੇ ਜੀਵ ਆਪਦੀ ਦੇਹੀ ਦੇ ਵਿੱਚ ਜਿਹੜਾ ਤੁਸੀਂ ਰੋਜ਼ ਪੜ੍ਹਦੇ ਹੋ, ਅਨੰਦ ਸੁਣੋ, ਵਡਭਾਗੀਓ ਸਗਲ ਮਨੋਰਥ ਪੂਰੇ, ਅਨਹਦ ਸ਼ਬਦ ਦੇ ਵਿੱਚ ਜਿਹੜਾ ਚੱਲਿਆ ਗਿਆ ਬਹੁਤ ਵੱਡੇ ਭਾਗਾਂ ਵਾਲਾ ਹੈ, ਕਹਿੰਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹੈ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ, ਸਾਰਾ ਤੁਹਾਡਾ ਜੋ ਵੀ ਮੋਟਿਵ ਹੈ ਸੰਸਾਰ ਦੇ ਵਿੱਚ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਪੂਰਾ ਹੋ ਜਾਂਦਾ ਹੈ, ਅਤੇ ਜੋ ਜਨਮ ਮਰਨ ਦਾ ਰੋਗ ਲੱਗਿਆ ਹੋਇਆ ਉਹ ਵੀ ਖਤਮ ਹੋ ਜਾਂਦਾ ਹੈ। ਇਸ ਚੀਜ਼ ਨੂੰ ਰੋਕਣ ਦੇ ਲਈ, ਕਿਉਂਕਿ ਉਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਸੀ, ਅੱਛਾ ਫਿਰ ਕੋਈ ਵੀ ਜਪ ਸਕਦਾ, ਕੋਈ ਹਿੰਦੂ ਮੁਸਲਮਾਨ ਹੈ, ਕੋਈ ਸ਼ੂਦਰ ਹੈ, ਕੋਈ ਬ੍ਰਾਹਮਣ ਹੈ, ਕੋਈ ਆ ਜਾਓ, ਕਿਸੇ ਨੂੰ ਰਹਿਤ ਬੈਤ ਦੇ ਵਿੱਚ ਨਹੀਂ ਫਸਾਇਆ। ਇੱਕੋ ਪੰਗਤ, ਇੱਕੋ ਸੰਗਤ, ਇੱਕੋ ਲੰਗਰ, ਇੱਕੋ ਜਗ੍ਹਾ 'ਤੇ ਇਸ਼ਨਾਨ। ਹੁਣ ਉਹਨਾਂ ਨੇ ਇਸੇ ਅਵਸਥਾ ਨੂੰ ਲੈ ਕੇ ਸਰਕਾਰੀ ਦਰਬਾਰੇ ਪਹੁੰਚ ਕੀਤੀ ਵੀ ਇਹਨਾਂ 'ਤੇ ਕਿਸੇ ਤਰੀਕੇ ਕੋਈ ਝੂਠੇ ਕੇਸ ਬਣਾਏ ਜਾਣ, ਕੋਈ ਇਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਰੋਕ ਲਾਈ ਜਾਵੇ। ਸਰਕਾਰੀ ਦਰਬਾਰੇ ਉਹਨਾਂ ਨੇ ਕਹਿਣਾ, ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਕੁਛ ਜੀਵ ਉੱਠੇ ਨੇ, ਆਪਦੇ ਆਪ ਨੂੰ ਸਿੱਖ ਕਹਿੰਦੇ ਨੇ, ਅਤੇ ਇੱਕ ਨਵਾਂ ਧੜਾ ਬਣਾ ਕੇ ਆਪਦਾ ਵੱਖਰਾ ਧਰਮ, ਵੱਖਰੀ ਫੌਜ ਤਿਆਰ ਕਰਦੇ ਪਏ ਆ, ਇਹ ਰਾਜ ਕਰਨਾ ਚਾਹੁੰਦੇ ਨੇ। ਹੁਣ ਗੁਰਮੁਖਾਂ ਦੇ ਕੋਲ ਤਾਂ ਰਾਜ ਹੁੰਦਾ ਹੀ ਹੈ, ਅਵਿਨਾਸ਼ੀ ਰਾਜ ਹੁੰਦਾ, ਉਹ ਜੋ ਵੀ ਬਚਨ ਕਹਿ ਦੇਣ ਉਹਨਾਂ ਦਾ ਸੱਤ ਹੁੰਦਾ, ਜੋ ਵੀ ਉਹ ਦਰਗਾਹ ਦੇ ਵਿੱਚੋਂ ਮੰਗ ਲੈਣ
ਉਹਨਾਂ ਨੂੰ ਮਿਲ ਜਾਂਦਾ ਹੈ। ਉਹਨਾਂ ਨੂੰ ਦੁਨਿਆਵੀ ਰਾਜ ਦੀ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਪਹਿਲੀ ਸਟੇਜ 'ਤੇ, ਉਹਨਾਂ ਨੇ ਤਾਂ ਇਹ ਕਿਹਾ ਵੀ ਸੰਸਾਰ ਦੇ ਵਿੱਚ ਵੀ ਇਹ ਨਾਮ ਸ਼ਬਦ ਦਾ ਰਾਜ ਚੱਲਣਾ ਚਾਹੀਦਾ ਹੈ ਤਾਂ ਕਿ ਸਾਰਾ ਸੰਸਾਰ ਸੁਖੀ ਵਸੇ। ਹੁਣ ਇਸੇ ਤਰ੍ਹਾਂ ਸਰਕਾਰੀ ਦਰਬਾਰੇ ਉਹਨਾਂ ਨੇ ਪਹੁੰਚ ਕਰਕੇ ਗੁਰੂ ਘਰ ਦਾ ਵਿਰੋਧ ਸ਼ੁਰੂ ਕਰਵਾ ਦਿੱਤਾ। ਸੋ ਪਹਿਲੇ ਪੰਜ ਪਾਤਸ਼ਾਹੀਆਂ ਤੱਕ ਤਾਂ ਸੰਤ ਬਿਰਤੀ ਵਿੱਚ ਪਿਆਰ ਦੀ ਭਾਸ਼ਾ ਦੇ ਨਾਲ ਹੀ ਪ੍ਰਚਾਰ ਕੀਤਾ ਗਿਆ। ਜਦੋਂ ਫਿਰ ਗੱਲ ਬਹੁਤ ਜ਼ਿਆਦਾ ਵੱਧ ਗਈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ ਨੇ ਸੰਤ ਦੇ ਨਾਲ ਸਿਪਾਹੀ ਦੀ ਡਿਊਟੀ ਵੀ ਸ਼ੁਰੂ ਕਰ ਲਈ। ਉਹ ਸਿਪਾਹੀ ਦੀ ਡਿਊਟੀ ਦੇ ਵਿੱਚ ਉਹਨਾਂ ਨੇ ਹਥਿਆਰ ਚੱਕ ਲਏ। ਜੋ ਉਹਨਾਂ ਦਾ ਵਿਰੋਧ ਕਰਦੇ ਸੀ, ਸਿਰਫ ਜੋ ਰੋਕਣਾ ਚਾਹੁੰਦੇ ਸੀ, ਉਹਨਾਂ ਦਾ ਸ਼ਸਤਰਾਂ ਦੇ ਨਾਲ ਮੁਕਾਬਲਾ ਕੀਤਾ। ਉਸੇ ਤਰ੍ਹਾਂ ਫਿਰ ਅੱਗੇ ਸੱਤਵੇਂ ਪਾਤਸ਼ਾਹ ਨੇ ਫੌਜ ਬਣਾਈ ਅਤੇ ਫਿਰ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਦੀ ਬਹੁਤ ਵੱਡੇ ਤੌਰ 'ਤੇ ਡਿਊਟੀ ਲੱਗੀ। ਹੁਣ ਉਹ ਗੱਲ ਚੱਲਦੀ ਚੱਲਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ ਮਹਾਰਾਜ, ਬਾਅਦ ਦੇ ਗੁਰਸਿੱਖਾਂ ਨੇ ਵੀ ਉਹੀ ਵਚਨ ਨਿਭਾਏ। ਉਸ ਗੱਲ ਨੂੰ ਖਤਮ ਕਰਨ ਦੇ ਲਈ ਵੀ ਇਹ ਇੱਕ ਨਾਮ ਦੀ ਜਿਹੜੀ ਤਾਕਤ ਹੈ, ਸ਼ਬਦ ਦਾ ਅਭਿਆਸ ਹੈ, ਇਸ ਦੇ ਨਾਲ ਬਹੁਤ ਵੱਡੀ ਜਾਗਰਤੀ ਆਉਂਦੀ ਹੈ। ਜਿਹੜਾ ਜੀਵ ਹੈ ਉਹ ਕਿਸੇ ਦੇ ਅਧੀਨ ਨਹੀਂ ਰਹਿੰਦਾ। ਜਦੋਂ ਸ਼ਬਦ ਦਾ ਅਭਿਆਸ ਗੁਰਮੁਖ ਕਰਦੇ ਹਨ ਉਹਦੇ ਅੰਦਰੋਂ ਵਿਚਾਰਾਂ ਤੌਰ 'ਤੇ ਉਹ ਸਿੱਧਾ ਕੁਦਰਤ ਦੇ ਨਾਲ ਜੁੜ ਜਾਂਦਾ ਹੈ। ਇੱਥੋਂ ਤੱਕ ਜਿਹੜਾ ਸਭ ਤੋਂ ਨੇੜੇ ਰਿਸ਼ਤਾ ਹੈ ਮਾਤਾ ਪਿਤਾ ਦਾ, ਪਤੀ ਪਤਨੀ ਦਾ, ਕਾਮ ਦੇ ਵਿੱਚ ਜੀਵ ਵਸੇ ਹੋਏ ਆ, ਕ੍ਰੋਧ ਵਿੱਚ ਆ, ਨਸ਼ਿਆਂ ਵਿੱਚ ਆ, ਉਹ ਵੀ ਉਹਦੇ ਤੋਂ ਬੰਨਣ ਟੁੱਟ ਜਾਂਦੇ ਆ, ਉਹ ਆਜ਼ਾਦ ਹੋ ਜਾਂਦਾ ਹੈ। ਫਿਰ ਜਿਹੜਾ ਝੂਠ ਦਾ ਰਾਜ ਚਲਾਉਂਦਾ ਉਹਨੂੰ ਡਰ ਹੁੰਦਾ ਕਿ ਆਜ਼ਾਦ ਹੈ, ਇਹਨੂੰ ਮੈਂ ਵੱਸ ਕਿਵੇਂ ਕਰਾਂਗਾ, ਅਤੇ ਜੇ ਸਾਰੇ ਇਹਦੇ ਵਰਗੇ ਹੋ ਗਏ ਸਾਡੇ ਖਾਣ ਦੀ ਜਗ੍ਹਾ ਕਿੱਥੋਂ ਬਣੇਗੀ। ਇਸ ਕਰਕੇ ਜਦੋਂ ਸ਼ਬਦ ਦਾ ਅਭਿਆਸ ਚੱਲਦਾ ਹੈ, ਜੋ ਝੂਠ ਦੀ ਸਰਕਾਰ ਹੁੰਦੀ ਹੈ, ਝੂਠ ਦਾ ਰਾਜ ਚਲਾਉਂਦੇ ਆ ਰਾਜੇ, ਉਹਨਾਂ ਨੂੰ ਵੀ ਡਰ ਹੁੰਦਾ ਵੀ ਜ਼ਿਆਦਾ ਜਾਗਰਤੀ ਨਹੀਂ ਆਉਣੀ ਚਾਹੀਦੀ ਸੰਸਾਰ ਵਿੱਚ। ਜੇ ਸੰਸਾਰ ਜਾਗੇਗਾ ਸਾਨੂੰ ਕੌਣ ਜਿਤਾਏਗਾ, ਵੋਟਾਂ ਕੌਣ ਪਾਏਗਾ, ਅਤੇ ਜੇ ਸਾਰੇ ਹੀ ਅਕਾਲ ਪੁਰਖ ਸੱਚੇ ਪਾਤਸ਼ਾਹ ਤੋਂ ਮੰਗ ਕੇ ਇਹਨਾਂ ਨੂੰ ਭੇਜਤਾ ਗਿਆ ਵੀ ਦੇਣ ਵਾਲਾ ਇੱਕ ਹੈ, ਅਤੇ ਸਾਡੇ ਦਰਬਾਰ ਅੱਗੇ ਲੈਣਾ ਕਿਵੇਂ ਲੱਗਣਗੀਆਂ, ਕਿਉਂਕਿ ਉਹ ਸਾਨੂੰ ਇਸ ਤਰ੍ਹਾਂ ਦੇ ਵਾਅਦੇ ਕਰਦੇ ਆ, ਕੁਛ ਪੂਰੇ ਕਰਦੇ ਆ, ਕੁਛ ਝੂਠੇ ਕਰਦੇ ਆ, ਅਸੀਂ ਲੋਭ ਬਸ ਉਹਨਾਂ ਨੂੰ ਜਿਤਾਉਂਦੇ ਰਹਿੰਦੇ ਹਾਂ। ਦੂਜਾ ਫਿਰ ਜਿਹੜੇ ਕਾਲ ਦੇ ਅਨਾੜੀ ਸੰਤ ਹੁੰਦੇ ਨੇ, ਜਿਹੜਾ ਭਰਮ ਪਾ ਕੇ, ਕੋਈ ਭੂਤਾਂ ਪ੍ਰੇਤਾਂ ਦਾ ਭਰਮ ਪਾ ਕੇ, ਕੋਈ ਪੱਥਰਾਂ ਦੇ ਨਾਲ ਜੋੜ ਕੇ, ਕੋਈ ਸਥਾਨਾਂ ਨਾਲ ਜੋੜ ਕੇ, ਝੂਠੀਆਂ ਸਾਖੀਆਂ ਨਾਲ ਜੋੜ ਕੇ ਉਹਨਾਂ ਦੀ ਦੁਕਾਨਦਾਰੀ ਚੱਲਦੀ ਹੈ, ਉਹਨਾਂ ਦੇ ਰਾਹੀਂ ਫਿਰ ਉਹਨਾਂ ਨੂੰ ਅੱਗੇ ਵੋਟਾਂ ਮਿਲਦੀਆਂ ਨੇ, ਉਹਨਾਂ ਨੂੰ ਵੀ ਡਰ ਹੁੰਦਾ ਵੀ ਜੇਕਰ ਹਰ ਇੱਕ ਜੀਵ ਇਸੇ ਤਰ੍ਹਾਂ ਆਪਦੇ ਵਿਚਾਰਾਂ ਤੋਂ ਮੁਕਤ ਹੋ ਕੇ ਅੰਦਰੋਂ ਨਾਮ ਦੀ ਪ੍ਰਾਪਤੀ ਕਰ ਗਿਆ ਸਾਰੇ ਆਜ਼ਾਦ ਹੋ ਜਾਣਗੇ। ਇਸ ਕਰਕੇ ਉਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਜਾਂ ਜਦੋਂ ਇਹ ਅਨੈਲਿਸਿਸ ਹੋਣ ਲੱਗਾ, ਇੰਨੀ ਥੋੜ੍ਹੀ ਗਿਣਤੀ ਦੇ ਵਿੱਚ ਵੀ ਇਹ ਇੰਨੀ ਵੱਡੀ ਸੈਂਟਰ ਗੌਰਮੈਂਟ ਦੇ ਨਾਲ ਟੱਕਰ ਲੈਂਦੇ ਹੈ, ਇੰਨੀ ਥੋੜ੍ਹੀ ਗਿਣਤੀ ਦੇ ਵਿੱਚ ਇਹਨਾਂ ਨੇ ਇੰਨੀਆਂ ਵੱਡੀਆਂ ਵੱਡੀਆਂ ਜੰਗਾਂ ਯੁੱਧਾਂ ਜਿੱਤੀਆਂ ਨੇ, ਇਹਦਾ ਕਾਰਨ ਕੀ ਹੈ? ਤਾਂ ਜਦੋਂ ਖੁਫੀਆ ਰਿਪੋਰਟਾਂ ਹੋਈਆਂ, ਸਾਰਾ ਖੇਡ ਬਣਿਆ, ਤਾਂ ਉਹਨਾਂ ਨੇ ਫਿਰ ਦੇਖਿਆ ਵੀ ਇਹ ਗੁਰਬਾਣੀ ਦੇ ਮੁਤਾਬਕ ਸ਼ਬਦ ਦਾ ਅਭਿਆਸ ਕਰਦੇ ਆ, ਸ਼ਸਤਰ ਵਿੱਦਿਆ ਦੀ ਪ੍ਰੈਕਟਿਸ ਕਰੀ ਜਾਂਦੇ ਨੇ, ਸ਼ਬਦ ਦਾ ਅਭਿਆਸ ਕਰੀ ਜਾਂਦੇ ਨੇ, ਹੋਰ ਕਿਸੇ ਵੀ ਨਸ਼ੇ ਦੇ ਨਾਲ ਨਹੀਂ ਜੁੜੇ, ਕੋਈ ਕਾਮ, ਕੋਈ ਇਸਤਰੀ, ਕੋਈ ਪਰ ਮਰਦ, ਕੋਈ ਬਰੂਪ ਇਹਨਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ, ਇਹਨਾਂ ਦੀ ਆਤਮਕ ਬਲ ਇੰਨਾ ਜ਼ਿਆਦਾ ਹੈ ਸ਼ਬਦ ਦਾ ਅਭਿਆਸ ਕਰ ਕਰਕੇ। ਗੁਰਮੁਖ ਜਿਹੜਾ ਚੌਂਕੜਾ ਲਾ ਕੇ ਅੱਠੇ ਪਹਿਰ ਬੈਠੇ ਰਹਿੰਦੇ ਆ, ਰੋਮ ਰੋਮ ਵਿੱਚੋਂ ਵਾਹਿਗੁਰੂ ਨਿਕਲਦਾ ਪਿਆ, ਇਹਨਾਂ ਦਾ ਆਤਮਕ ਬਲ ਬਹੁਤ ਜ਼ਿਆਦਾ ਹੈ ਅਤੇ ਇਕੱਠੇ ਹੋ ਕੇ ਗੁਰੂ ਘਰਾਂ 'ਚ ਕਰਦੇ ਨੇ।
ਅਤੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਵਿਧਾਨ ਲਿਖ ਕੇ ਦਿੱਤਾ ਆ ਉਹਦੇ ਮੁਤਾਬਕ ਚੱਲਦੇ ਆ, ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ। ਕਹਿੰਦੇ ਨੇ ਸਾਨੂੰ ਲੋੜ ਹੀ ਨਹੀਂ ਦਾਤਾਂ ਦੀ, ਅਸੀਂ ਅਕਾਲ ਪੁਰਖ ਤੋਂ ਲੈ ਲਾਂਗੇ, ਬੰਦਿਆਂ ਦੇ ਅਧੀਨ ਨਹੀਂ ਚੱਲਦੇ। ਅਤੇ ਇਸੇ ਕਰਕੇ ਜੋ ਜਦੋਂ ਇਹਨਾਂ ਨੂੰ ਲੱਗਦਾ ਕਿ ਸੰਸਾਰ ਦੇ ਵਿੱਚ ਜ਼ੁਲਮ ਕਰਦਾ ਹੈ ਉਹਦੇ ਖਿਲਾਫ ਬਿਨਾਂ ਕਿਸੇ ਦੇ ਕਹੇ ਸ਼ਸਤਰ ਚੁੱਕ ਲੈਂਦੇ ਨੇ, ਕੋਈ ਇਹਨਾਂ ਨੂੰ ਕਹਿਣ ਨਹੀਂ ਜਾਂਦਾ ਵੀ ਉਹਦੇ ਲਈ ਚੁੱਕੋ, ਆਪ ਹੀ ਦੇਖ ਲੈਂਦੇ ਨੇ ਵੀ ਇਹ ਜ਼ੁਲਮ ਕਰ ਰਿਹਾ, ਆਪ ਚੱਕ ਲੈਂਦੇ ਨੇ। ਡਰ ਬਹੁਤ ਹੋ ਗਿਆ ਵੀ ਇਹ ਕਿੱਥੋਂ ਖਾਲਸਾਈ ਫੌਜ, ਕਿਹੜੀ ਮੁਕਤ ਫੌਜ, ਕਿਹੜੀ ਫੌਜ ਹੈ ਇਹ। ਉਹ ਹੁਣ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਦਸੇ ਪਾਤਸ਼ਾਹੀਆਂ ਨੇ ਤਾਂ ਅਗਵਾਈ ਕੀਤੀ, ਅਕਾਲੀ ਸਤਿਗੁਰ ਦੀ ਜੋਤ ਸੀ। ਉਸ ਤੋਂ ਬਾਅਦ ਵੀ ਜਿਹੜੇ ਜਾਗਦੀ ਜ਼ਮੀਰ ਵਾਲੇ ਪੂਰਨ ਗੁਰਮੁਖ ਸੀ ਉਹਨਾਂ ਨੇ ਅਗਵਾਈ ਕੀਤੀ। ਉਹ ਖੇਲ ਫਿਰ ਜਿਵੇਂ ਚੱਲਦੀ ਚੱਲਦੀ ਸੰਸਾਰ ਦੇ ਵਿੱਚ ਫੈਲਣ ਲੱਗੀ, ਵਿਚਰਨ ਲੱਗੇ, ਸੰਸਾਰੀ ਜੀਵ ਜੁੜਨ ਲੱਗੇ। ਉਹਨੂੰ ਖਤਮ ਕਰਨ ਦੇ ਲਈ ਕੱਲੀ ਹਿੰਦੁਸਤਾਨ ਦੀ ਫੌਜ ਨਹੀਂ, ਇਸ ਹਿੰਦੁਸਤਾਨ ਦੀ ਸਰਕਾਰ ਨਹੀਂ, ਵਰਲਡ ਲੈਵਲ 'ਤੇ ਗੱਲ ਗਈ। ਵਰਲਡ ਲੈਵਲ ਦੇ ਉੱਪਰ ਇਸ ਤਰ੍ਹਾਂ ਦੀਆਂ ਸਰਕਾਰਾਂ ਨੇ ਦੇਖਿਆ ਵੀ ਜੇ ਇਹ ਜਾਗਰਤੀ ਸਾਰੇ ਸੰਸਾਰ ਵਿੱਚ ਆ ਜਾਂਦੀ ਹੈ ਆਪਣਾ ਰਾਜ ਟੁੱਟ ਜਾਂਦਾ ਹੈ। ਜਿਵੇਂ ਅੱਜ ਵੀ ਜਿਹੜੀ ਵਰਲਡ ਦੀ ਰਾਜਨੀਤੀ ਹੈ ਉਹ ਵੱਖਰੀ ਹੈ, ਇੰਡੀਆ ਦੀ ਰਾਜਨੀਤੀ ਵੱਖਰੀ ਹੈ, ਅਤੇ ਉਹ ਵਰਲਡ ਦੇ ਉੱਪਰ ਇਹ ਗੇਮ ਨਾ ਚੱਲੇ, ਇਸ ਕਰਕੇ ਉਹਨਾਂ ਦੀਆਂ ਸਾਜ਼ਿਸ਼ਾਂ ਸਾਡੇ ਤੋਂ ਉਦੋਂ ਚੱਲਣ ਲੱਗੀਆਂ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ। ਉਹ ਰਾਜ ਦੇ ਵਿੱਚ ਵੀ ਇਸੇ ਸ਼ਬਦ ਦਾ ਸਿਲੇਬਸ ਸੀਗਾ, ਗੁਰਬਾਣੀ ਗੁਰੂ ਦੇ ਮੁਤਾਬਕ ਚੱਲਦੇ ਸੀ। ਉਹ ਰਾਜ ਬੜਾ ਸੋਹਣਾ ਹੋਇਆ, ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਜ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ। ਉਹ ਜਦੋਂ ਰਾਜ ਕਰਕੇ ਮਹਾਰਾਜਾ ਰਣਜੀਤ ਸਿੰਘ ਦਿਖਾਉਂਦੇ ਹੈ, ਉਹ ਫਿਰ ਹੈਰਾਨ ਵੀ ਇੱਕ ਇਸ ਰਾਜ ਵਿੱਚ ਜਿਹੜਾ ਅਪਰਾਧ ਦਾ ਲੈਵਲ ਹੈ ਬਿਲਕੁਲ ਜ਼ੀਰੋ ਹੈ, ਜੇਲ੍ਹਾਂ ਦੇ ਵਿੱਚ ਭੀੜ ਬਿਲਕੁਲ ਜ਼ੀਰੋ ਹੈ, ਸਾਰੇ ਖੁਸ਼ੀ ਵੱਸਦੇ ਹੈ, ਜਿਹੜੀ ਦੁਨਿਆਵੀ ਕਰੰਸੀ ਹੈ ਉਹ ਵੀ ਬਹੁਤ ਉੱਪਰ ਹੈ, ਇਹਨਾਂ ਦੇ ਹਰ ਪਾਸੋਂ ਸਭ ਠੀਕ ਹੈ, ਇਹਨੂੰ ਤੋੜਿਆ ਜਾਵੇ। ਉੱਥੋਂ ਲੈ ਕੇ ਇਕੱਲਾ ਹਿੰਦੁਸਤਾਨ ਦੀ ਨਹੀਂ ਗੱਲ, ਇਹ ਵਰਲਡ ਲੈਵਲ 'ਤੇ ਜਿਹੜੀ ਸਾਜ਼ਿਸ਼ ਚੱਲੀ ਹੈ, ਚੱਲਦੇ 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 ਹੌਲੀ ਹੌਲੀ ਜਿਹੜੀ ਮੁੱਖ ਰੂਪ ਵਿੱਚ ਸੇਧ ਲਾਈ, ਉਹਨਾਂ ਨੇ ਗੁਰਮੰਤਰ ਤੋਂ ਗੁਰਬਾਣੀ ਦੇ ਪ੍ਰਤੀ ਸਾਡਾ ਵਿਸ਼ਵਾਸ ਘਟਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਦੇ ਵਿੱਚ ਖੁਫੀਏ ਦੋਗਲੇ ਨਿੰਦਿਆ ਚੁਗਲੀ ਕਰਨ ਵਾਲੇ ਬੰਦੇ ਵਾੜ ਦਿੱਤੇ, ਸਾਡੀ ਆਪਸੀ ਦੁਬਧਾ ਵਧਾ ਦਿੱਤੀ, ਅਤੇ ਕਰਦੇ ਕਰਦੇ ਅੱਜ ਤੱਕ ਦੇ ਸਾਡੇ ਇਹ ਹਾਲਾਤ ਨੇ, ਉਹ ਆਪਾਂ ਦੇਖ ਰਹੇ ਹਾਂ ਵੀ ਸਾਡੇ ਨਾਲ ਕੀ ਬਣਿਆ, ਸਾਰੇ ਵਿਸ਼ਵ ਦੇ ਵਿੱਚ ਕੀ ਬਣਿਆ। ਹੁਣ ਮਹਾਰਾਜ ਕਹਿੰਦੇ ਆ ਵੀ ਇੱਕ ਗੁਰੂ ਨਾਨਕ ਦੇਵ ਸੀ, ਉਹ ਇਕੱਲਿਆਂ ਨੇ ਸ਼ਬਦ ਦਾ ਅਭਿਆਸ ਕਰਕੇ ਸਾਰੇ ਸੰਸਾਰ ਨੂੰ ਅਭਿਆਸ ਕਰਵਾਇਆ ਅਤੇ ਸੱਚ ਦਾ ਰਾਜ ਪ੍ਰਗਟ ਕੀਤਾ। ਅਤੇ ਅੱਜ ਵੀ ਜੇਕਰ ਆਪਾਂ ਉਸੇ ਤਰ੍ਹਾਂ ਦੁਬਾਰਾ ਉਹ ਜਿਹੜਾ ਲਿਖਿਆ ਹੋਇਆ ਭੇਤ ਹੈ ਉਹ ਕਿਤੇ ਗਿਆ ਨਹੀਂ, 1430 ਅੰਗਾਂ ਦੇ ਵਿੱਚ ਹੈ, ਸਾਰਾ ਸੰਸਾਰ ਸਿਮਰਨ ਕਰਨ ਲੱਗ ਜਾਵੇ, ਕੋਈ ਹਿੰਦੂ ਮੁਸਲਿਮ ਸਿੱਖ ਈਸਾਈ ਦੀ ਗੱਲ ਨਹੀਂ, ਕੋਈ ਖੱਤਰੀ ਬ੍ਰਾਹਮਣ ਸ਼ੂਦ ਵੈਸ ਦੀ ਗੱਲ ਨਹੀਂ, ਇਹ ਸਾਰਿਆਂ ਨੇ ਹੀ ਕਰਨਾ ਹੈ, ਕਿਉਂਕਿ ਗੁਰੂ ਨਾਨਕ ਦੇਵ ਨੇ ਵੀ ਸਾਰਿਆਂ ਨੂੰ ਹੀ ਕਰਵਾਇਆ, ਉਹ ਤਾਂ ਇਕੱਲੇ ਆਏ ਸੀ। ਅਤੇ ਫਿਰ ਸੰਸਾਰ ਵਿੱਚ ਚਾਹੇ ਉਹਨਾਂ ਨੂੰ ਕੋਈ ਬ੍ਰਾਹਮਣ ਮਿਲਦਾ ਸੀ, ਚਾਹੇ ਜੈਨੀ ਮਿਲਦਾ ਸੀ, ਚਾਹੇ ਮੁਸਲਮਾਨ ਮਿਲਦਾ ਸੀ, ਚਾਹੇ ਉਹ ਚਾਈਨਾ 'ਚ ਗਏ, ਰਸ਼ੀਆ 'ਚ ਗਏ, ਵਰਲਡ ਲੈਵਲ 'ਤੇ ਜੋ ਪ੍ਰਚਾਰ, ਸਭ ਨੂੰ ਜਪਾਇਆ ਉਹਨਾਂ ਨੇ, ਇੱਕ ਕਰ ਦਿੱਤੇ ਸਾਰੇ। ਸੋ ਅੱਜ ਆਪਾਂ ਜੇ ਦੁਬਾਰਾ ਉਸੇ ਤਰ੍ਹਾਂ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਆਪਾਂ ਦਿਹਾੜਾ ਮਨਾ ਰਹੇ ਹਾਂ, ਉਸੇ ਤਰ੍ਹਾਂ ਮਹਾਰਾਜ ਦੇ ਬਚਨਾਂ ਦੇ ਉੱਪਰ ਚੱਲਦੇ ਹੋਏ ਆਪਾਂ ਦੁਬਾਰਾ ਸ਼ਬਦ ਦਾ ਅਭਿਆਸ ਹੁਣ ਸ਼ੁਰੂ ਕਰੀਏ।
ਆਪਾਂ ਵੱਧੋ ਵੱਧ ਸ਼ਬਦ ਦੀ ਕਮਾਈ ਸ਼ੁਰੂ ਕਰਕੇ ਅੰਦਰ ਪੰਜਾਂ ਦੂਤਾਂ ਦੇ ਨਾਲ ਲੜ ਕੇ ਜੇਕਰ ਆਪਾਂ ਅਨਹਦ ਨਾਮ ਦੀ ਪ੍ਰਾਪਤੀ ਕਰ ਗਏ, ਉਹ ਮਹਾਰਾਜ ਨੇ ਦਾਤ ਤਾਂ ਆਪਣੇ ਆਪ ਦੇਣੀ ਹੈ, ਪਰ ਆਪਾਂ ਜੇਕਰ ਸ਼ਬਦ ਦਾ ਅਭਿਆਸ ਕਰਕੇ ਇੰਨੀ ਮਿਹਨਤ ਕਰੀਏ, ਸਵਾਸਾਂ ਦਾ ਧਨ ਜੋੜੀਏ, ਜੇ ਉਹ ਨਾਮ ਸਾਡੇ ਅੰਦਰ ਪ੍ਰਗਟ ਹੋ ਗਿਆ, ਅਸੀਂ ਆਪ ਵੀ ਸੁਖੀ, ਸਾਡਾ ਪਰਿਵਾਰ ਵੀ ਸੁਖੀ, ਅਤੇ ਦੂਸਰੇ ਸੰਸਾਰ ਵਿੱਚ ਜਿਹੜੀ ਦੁਬਧਾ ਹੈ, ਜੋ ਇੰਨੀ ਇੱਕ ਦੂਜੇ ਦੇ ਪ੍ਰਥਿਆਏ ਨਫ਼ਰਤ ਪੈਦਾ ਹੋ ਗਈ, ਇਹ ਸਾਰੀ ਖਤਮ ਹੋ ਜਾਏਗੀ। ਅਤੇ ਦੂਜਾ ਫਿਰ ਜਿੰਨੀ ਆਪਾਂ ਨਾਮ ਦੀ ਕਮਾਈ ਕਰੀ ਜਾਵਾਂਗੇ, ਇਸ ਦੇਹੀ ਦੇ ਵਿੱਚੋਂ ਹੀ ਆਪਾਂ ਪੂਰੇ ਬ੍ਰਹਿਮੰਡ ਦੀ ਖੋਜ ਵੀ ਕਰ ਸਕਦੇ ਹਾਂ। ਜਿਵੇਂ ਪੁਰਾਣੇ ਤੌਰ ਦੇ ਵਿੱਚ ਜਿਹੜੇ ਗੁਰਮੁਖ ਸੀ, ਉਹ ਕੋਈ ਮੋਬਾਈਲ ਫੋਨ ਇੰਟਰਨੈੱਟ ਨਹੀਂ ਸੀ ਵਰਤਦੇ, ਸ਼ਬਦ ਦੁਆਰਾ ਹੀ ਉਹਨਾਂ ਦੇ ਅੰਦਰ ਇੰਨੀ ਤਾਕਤ ਸੀ, ਉਹ ਇੱਕ ਦੂਜੇ ਦੁਆਰਾ, ਇੱਕ ਦੂਜੇ ਦੇ ਨਾਲ ਧਿਆਨ ਦੀ ਤਾਕਤ ਦੁਆਰਾ ਸੰਪਰਕ ਰੱਖਦੇ ਸੀ। ਜਿਵੇਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਲਿਖਣ ਦੇ ਲਈ ਵਿਚਾਰ ਬਣਾਇਆ, ਉਹਨਾਂ ਨੇ ਗੁਰਮੁਖਾਂ ਨੂੰ ਭੇਜਿਆ ਵੀ ਬੀੜ ਲਿਆ, ਜਿਹੜੇ ਉਤਾਰੇ ਨੇ ਪਹਿਲੋਂ ਕੀਤੇ ਹੋਏ ਨੇ ਉਹ ਲੈ ਕੇ ਆਓ, ਉਹਦੇ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਲਿਖ ਕੇ ਉਹਨੂੰ ਸੰਪੂਰਨ ਕੀਤਾ ਜਾਏ। ਪਰ ਗੁਰਮੁਖ ਜਦੋਂ ਗਏ ਤਾਂ ਉੱਥੋਂ ਜਿਹੜੀਆਂ ਵਿਪਰਣ ਫੌਜਾਂ ਸੀ, ਇੰਨਾ ਕਬਜ਼ਾ ਸੀ, ਉਹਨਾਂ ਨੇ ਬੀੜ ਨਹੀਂ ਦਿੱਤੀ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਬਾਬਾ ਦੀਪ ਸਿੰਘ ਜੀ, ਬਾਬਾ ਮਨੀ ਸਿੰਘ ਜੀ ਦੇ ਕੋਲ ਇੰਨਾ ਅਧਿਆਤਮਕ ਬਲ ਸੀ ਕਿ ਉਹਨਾਂ ਨੇ ਜਿੰਨੀ ਗੁਰਬਾਣੀ ਸੀ ਇੱਥੋਂ ਸਾਰੀ ਇਸ ਸੁਖਮ ਖਾਲੀ ਖਲਾਅ ਦੇ ਵਿੱਚੋਂ ਪਕੜ ਕੇ ਬਿਨਾਂ ਬੀੜ ਤੋਂ ਦੁਬਾਰਾ ਐਜ਼ ਇਟ ਇਜ਼ ਜਿਵੇਂ ਉਹ ਬਾਣੀ ਸੀਗੀ ਉਸੇ ਤਰ੍ਹਾਂ ਦੀ ਧਿਆਨ ਦੀ ਪਾਵਰ ਦੇ ਨਾਲ ਪਕੜ ਕੇ, ਇੱਕ ਪ੍ਰਤੱਖ ਪ੍ਰਮਾਣ ਹੈ, ਉਹਨਾਂ ਨੇ ਉਵੇਂ ਦੀ ਉਵੇਂ ਬਾਣੀ ਸਾਰੀ ਦੁਬਾਰਾ ਫਿਰ ਦਰਜ ਕਰ ਦਿੱਤੀ। ਉਹ ਕਿਸ ਤਰ੍ਹਾਂ ਪਕੜਿਆ? ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਇੱਕ ਛੋਟਾ ਜਿਹਾ ਮੋਬਾਈਲ ਫੋਨ ਆ, ਇਹ ਮੋਬਾਈਲ ਦੇ ਆਪਾਂ ਇੰਟਰਨੈੱਟ ਨਾਲ ਕਨੈਕਟ ਕਰ ਦਈਏ, ਇੱਥੋਂ ਜਿਵੇਂ ਮਰਜ਼ੀ ਆਪਾਂ ਆਪਦੀ ਤਸਵੀਰ ਦੂਸਰੇ ਤੱਕ ਭੇਜ ਦਈਏ, ਇੱਥੋਂ ਬਚਨ ਬੋਲੀਏ ਦੂਸਰੇ ਤੱਕ ਭੇਜ ਦਈਏ, ਉੱਧਰੋਂ ਫੋਟੋਆਂ ਭੇਜਦੇ ਆ, ਉਹ ਰੇਂਜ ਦੇ ਰਾਹੀਂ ਇਹਦੇ ਤੱਕ ਆ ਜਾਂਦੀਆਂ। ਇਸੇ ਤਰ੍ਹਾਂ ਜਿੰਨਾ ਵੀ ਸਾਡੇ ਬੋਲੇ ਹੋਏ ਬਚਨ ਨੇ, ਕੀਤਾ ਹੋਇਆ ਸਾਰੀ ਖੇਡ ਆ, ਉਹ ਇੱਥੇ ਰਿਕਾਰਡ ਰਹਿੰਦਾ ਇਸ ਖਾਲੀ ਸਪੇਸ ਦੇ ਵਿੱਚ। ਜਦੋਂ ਅਸੀਂ ਸ਼ਬਦ ਦਾ ਅਭਿਆਸ ਕਰਕੇ ਅੰਦਰੋਂ ਨਾਮ ਦੀ ਆਵਾਜ਼ ਨਾਲ ਅਨਹਦ ਦੇ ਨਾਲ ਜੁੜ ਜਾਂਦੇ ਹਾਂ, ਸਾਡਾ ਧਿਆਨ ਕੰਮ ਕਰਨਾ ਸ਼ੁਰੂ ਕਰ ਦਿੰਦਾ। ਹੁਣ ਤਾਂ ਸਾਡਾ ਕੰਮ ਨਹੀਂ ਕਰਦਾ, ਆਪਾਂ ਹੁਣ ਜੇ ਸੋਚੀਏ ਵੀ ਆਹ ਫਲਾਣੀ ਗੱਲ ਕਿਉਂ ਹੋਈ, ਅਤੇ ਜੇ ਆਪਾਂ ਆਪਦੀ ਬਿਰਤੀ ਵਿੱਚ ਸੋਚਦੇ ਹਾਂ, ਸਾਡਾ ਧਿਆਨ ਕੰਮ ਨਹੀਂ ਕਰਦਾ, ਅੰਦਰੋਂ ਗਲਤ ਸੋਚ ਵੀ ਆਉਂਦੀਆਂ, ਚੰਗੀਆਂ ਵੀ ਆਉਂਦੀਆਂ, ਸਾਨੂੰ ਪਤਾ ਨਹੀਂ ਲੱਗਦਾ ਫਲਾਣਾ ਕੰਮ ਕਿਉਂ ਹੋਇਆ। ਆਪਾਂ ਸੋਚੀਏ ਵੀ ਫਲਾਣਾ ਫਲਾਣੇ ਸਮੇਂ ਦੇ ਉੱਪਰ ਸਾਡੇ ਉੱਪਰ ਆ ਦੁੱਖ ਕਿਉਂ ਆਇਆ, ਉਹਦਾ ਕਾਰਨ ਨਹੀਂ ਸਾਨੂੰ ਪਤਾ, ਸਾਨੂੰ ਡਾਕਟਰ ਦੱਸਦੇ ਵੀ ਸਾਡੇ ਕੋਲ ਵੱਡੇ ਦੱਸ ਦੇਣ, ਅਸੀਂ ਉਹੀ ਮੰਨ ਲੈਂਦੇ ਹਾਂ, ਸਾਨੂੰ ਨਹੀਂ ਪਤਾ ਸਾਡੇ ਕਾਰਨ ਕਿਉਂ ਆਇਆ, ਸਾਨੂੰ ਨਹੀਂ ਪਤਾ ਸਾਨੂੰ ਅਮੀਰੀ ਕਿਉਂ ਮਿਲੀ ਹੋਈ ਹੈ, ਸਾਨੂੰ ਨਹੀਂ ਪਤਾ ਸਾਨੂੰ ਗਰੀਬੀ ਕਿਉਂ ਮਿਲੀ ਹੋਈ ਹੈ, ਇਹ ਕਾਰਨ ਆ ਇਹਦੇ ਪਿੱਛੇ, ਅਤੇ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਕਿਹੜੀਆਂ ਜੂਨਾਂ ਵਿੱਚੋਂ ਆਏ ਹਾਂ ਇੱਥੇ। ਅਸੀਂ ਤਾਂ ਇਹੀ ਕਹਿੰਦੇ ਹਾਂ ਸਾਰਾ ਸਵਰਗ ਨਰਕ ਇੱਥੇ ਹੀ ਆ, ਕੁਛ ਨਹੀਂ ਜੀ, ਜੋ ਖਾ ਲਿਆ ਪੀ ਲਿਆ ਇੱਥੇ ਹੀ ਹੈ, ਆਪਾਂ ਕੋਈ ਸਵਰਗ ਨਰਕ ਨੂੰ ਮੰਨਦੇ ਨਹੀਂ। ਕਿਉਂ? ਕਿਉਂਕਿ ਆਪਾਂ ਬਾਣੀ ਨਹੀਂ ਪੜ੍ਹਦੇ। ਜੇ ਬਾਣੀ ਪੜ੍ਹੀਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੀ ਖੇਡ ਹੈ, ਕਿੰਨੇ ਤਰ੍ਹਾਂ ਦਾ ਸਵਰਗ ਹੈ, ਕੀ ਨਰਕ ਹੈ, ਕੀ 84 ਲੱਖ ਜੂਨ ਹੈ, ਕੀ ਸੱਚਖੰਡ ਹੈ, ਕੀ ਬੰਦਾ ਹੈ, ਕੀ ਖੇਡ ਹੈ, ਇਹ ਸਾਰਾ ਗੁਰਬਾਣੀ ਵਿੱਚ ਲਿਖਿਆ। ਹੁਣ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿੰਨਾ ਵੀ ਆਪਾਂ ਬੋਲਦੇ ਹਾਂ ਉਹ ਸਾਰਾ ਇਸ ਸਪੇਸ ਦੇ ਵਿੱਚ ਰਿਕਾਰਡ ਹੈ, ਅਤੇ ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਕੇ ਨਾਮ ਦੇ ਵਿੱਚ ਧਿਆਨ ਲਾਉਂਦੇ ਹਾਂ, ਸਾਡਾ ਧਿਆਨ ਕੰਮ ਕਰਨਾ ਸ਼ੁਰੂ ਕਰ ਦਿੰਦਾ। ਹੁਣ ਤਾਂ ਕੰਮ ਨਹੀਂ ਕਰਦਾ, ਅਤੇ ਫਿਰ ਜਿਵੇਂ ਅਸੀਂ ਸਿਮਰਨ ਕਰਕੇ ਅਨਹਦ ਸ਼ਬਦ ਦੇ ਵਿੱਚ ਧਿਆਨ ਦੀ ਇਕਾਗਰਤਾ ਬਣਾਵਾਂਗੇ, ਉਹ ਧਿਆਨ ਦਾ ਜਿੰਨੀ ਅਸੀਂ ਅਭਿਆਸ ਕਰੀ ਜਾਵਾਂਗੇ, ਸਾਡਾ ਅਸੀਂ ਸਾਰਾ ਸਪੇਸ ਦੇ ਵਿੱਚੋਂ ਦੇਖ ਸਕਦੇ ਹਾਂ।
ਜਿਹੜਾ ਵਿਗਿਆਨ ਲੱਖਾਂ ਡਾਲਰ ਖਰਚ ਕਰਦਾ ਪਿਆ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਦੇ ਵਿੱਚ ਜਾਣ ਦੇ ਲਈ, ਅਤੇ ਜੇ ਨਾਮ ਦਾ ਉਹ ਖਜ਼ਾਨਾ ਸਾਡੇ ਅੰਦਰ ਪ੍ਰਗਟ ਹੋਵੇ, ਅਸੀਂ ਧਿਆਨ ਦੁਆਰਾ ਇੱਕ ਖਿੰਦ ਤੋਂ ਪਹਿਲਾਂ ਅਸੀਂ ਜਾ ਸਕਦੇ ਹਾਂ ਇੱਕ ਤੋਂ ਗ੍ਰਹਿ ਦੂਜੇ ਦੇ ਲਈ। ਜਪਜੀ ਸਾਹਿਬ ਦੇ ਵਿੱਚ ਸਾਨੂੰ ਸਾਰਾ ਖੇਡ ਦੱਸਿਆ ਹੋਇਆ, ਪਤਾਲਾ ਪਤਾਲ ਲੱਖ ਗਾਸਾ ਗਾਸ ਓੜ ਕੋੜ ਭਾਲ ਥਕੇ ਵੇਦ ਕਹਿਣੇ ਇੱਕ ਵਾਤ, ਸਾਨੂੰ ਦੱਸਿਆ ਹੋਇਆ ਕਿ ਕਿਵੇਂ ਇੱਕ ਸੂਤ ਦੇ ਵਿੱਚ ਸਾਰੀਆਂ ਧਰਤੀਆਂ ਪਰੋਈਆਂ ਹੋਈਆਂ ਨੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਮਾਣਿਕ ਸੰਸਾਰੀ ਭੰਡਾਰੀ ਕਲੇ ਦੀਵਾਨ, ਸਾਨੂੰ ਦੱਸਿਆ ਹੋਇਆ ਕਿ ਕਿਵੇਂ ਲੇਖਾ ਸਭਣਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸੁਆਲਿਓ ਰੂਪ ਕੇਤੀ ਦਾਤ ਜਾਣੇ ਕਣਕੂਤ, ਇਹ ਸਾਰਾ ਸਾਨੂੰ ਭੇਤ ਦੱਸਿਆ ਹੋਇਆ ਕਿੱਥੋਂ ਧਿਆਨ ਦੀ ਪਾਵਰ ਦੁਆਰਾ। ਇਸ ਸਪੇਸ ਦੇ ਵਿੱਚੋਂ ਗੁਰਮੁਖ ਸਿੱਧਾ ਜੋ ਚਾਹਣ ਉਹ ਦੇਖ ਸਕਦੇ ਆ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਧਿਆਨ ਦੀ ਪਾਵਰ ਦੁਆਰਾ ਸਪੇਸ ਦੇ ਵਿੱਚੋਂ ਉਹੀ ਗੁਰਬਾਣੀ ਉਹਨਾਂ ਨੇ ਬੀੜ ਨਹੀਂ ਦਿੱਤੀ ਮਹਾਰਾਜ ਨੂੰ, ਮਹਾਰਾਜ ਨੇ ਸਿੱਧਾ ਡਾਇਰੈਕਟ ਇੱਥੋਂ ਲਿਖ ਦਿੱਤਾ, ਲਿਖ ਕੇ ਅਤੇ ਸਾਨੂੰ ਉਹ ਦਮਦਮਾ ਸਾਹਿਬ ਤੋਂ ਜੋ ਬੀੜ ਸੀ ਉਹ ਸਾਨੂੰ ਦੇ ਗਏ, ਵੀ ਕਿਉਂਕਿ ਉਹ ਗੁਰਬਾਣੀ ਦੇ ਜੋ ਬਚਨ ਸੀ ਭਈ ਉਹ ਮਨਮੁੱਖਾਂ ਦੇ ਹੱਥ ਆ ਗਏ ਨੇ ਅਤੇ ਉਹ ਇਹਨਾਂ ਇਸ ਬੀੜ ਨੂੰ ਨਸ਼ਟ ਨਾ ਕਰ ਦੇਣ, ਕਿਉਂਕਿ ਕਲਯੁੱਗ ਦੇ ਵਿੱਚ ਲਾਹਾ ਦੇਣਾ, ਅਤੇ ਦਸਵੇਂ ਪਾਤਸ਼ਾਹ ਨੇ ਆਪਦੇ ਆਤਮਕ ਬਲ ਦੁਆਰਾ ਉਹ ਪ੍ਰਗਟ ਕੀਤਾ। ਇਸ ਕਰਕੇ ਸਾਨੂੰ ਦੱਸਿਆ ਤੁਸੀਂ ਸਾਰੇ ਹੀ ਆਪਾਂ ਇੱਕ ਬਹੁਤ ਵੱਡੀ ਤਾਕਤ ਹੈ, ਆਪਾਂ ਕੁਛ ਵੀ ਕਰ ਸਕਦੇ ਹਾਂ, ਆਪਦਾ ਭੇਤ ਪਿਛੋਕੜ ਦਾ ਭੇਤ, ਆਪਦੀਆਂ ਜੂਨਾਂ ਦਾ ਭੇਤ, ਸੱਚ ਦਾ ਭੇਤ, ਮਾਇਆ ਦਾ ਭੇਤ, ਸਾਨੂੰ ਕਿਵੇਂ ਵਿਚਾਰਾਂ ਦੇ ਵਿੱਚ ਕਾਲ ਨੇ ਫਸਾਇਆ ਹੋਇਆ, ਪਰ ਇਹ ਸਾਰਾ ਪੰਜੇ ਦੂਤ ਇਹ ਸਾਡੇ ਫੁਰਨਿਆਂ ਦੇ ਵਿੱਚ ਆ ਕੇ ਅਸੀਂ ਭੁੱਲੇ ਹੋਏ ਹਾਂ, ਅਸੀਂ ਗੁਰਬਾਣੀ ਗੁਰੂ ਦੀ ਵਿਚਾਰ ਨਹੀਂ ਕਰਦੇ। ਇਸ ਕਰਕੇ ਅੱਜ ਦੇ ਦਿਹਾੜੇ ਦੇ ਦਿਨ ਉਹਨਾਂ ਨੇ ਸਾਨੂੰ ਇਹ ਤਰੀਕਾ ਦੱਸਿਆ ਵੀ ਕਿਵੇਂ ਤੁਹਾਡਾ ਕੰਮ ਧਿਆਨ ਕੰਮ ਕਰਨਾ ਸ਼ੁਰੂ ਕਰੇਗਾ, ਕਿਵੇਂ ਪਹਿਲੋਂ ਸਭ ਤੋਂ ਪਹਿਲਾਂ ਤੁਸੀਂ ਵਿਚਾਰਾਂ ਨੂੰ ਖਤਮ ਕਰਕੇ ਨਾਮ ਦੀ ਪ੍ਰਾਪਤੀ ਕਰੋ, ਫਿਰ ਨਾਮ ਤੋਂ ਬਾਅਦ ਜਿਵੇਂ ਨਾਮ ਨੂੰ ਸੁਣੋਗੇ ਤੁਹਾਡਾ ਧਿਆਨ ਕੰਮ ਕਰਨਾ ਸ਼ੁਰੂ ਕਰ ਦੇਗਾ, ਕਿਵੇਂ ਤੁਸੀਂ ਖੰਡਾਂ ਬ੍ਰਹਮੰਡਾਂ ਦੀ ਸੈਰ ਕਰ ਸਕਦੇ ਹੋ, ਕਿਵੇਂ ਆਪਦਾ ਪਿਛੋਕੜ ਦੇਖ ਸਕਦੇ ਹੋ, ਅਤੇ ਕਿਵੇਂ ਜਿਹੜਾ ਉਹ ਅੰਮ੍ਰਿਤ ਰਸ ਜਿਹੜਾ ਦੇਵਤਿਆਂ ਨੂੰ ਪ੍ਰਾਪਤ ਨਹੀਂ ਹੋਇਆ ਪਰ ਤੁਸੀਂ ਜੇਕਰ ਪ੍ਰਾਪਤ ਕਰ ਲਓ ਤੁਸੀਂ ਜੀਵਨ ਮੁਕਤ ਹੋ ਸਕਦੇ ਹੋ, ਉਹ ਤੁਹਾਡੀ ਦੇਹੀ ਦੇ ਵਿੱਚ ਹੈ। ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਕਿੱਥੇ ਹੈ? ਕਹਿੰਦੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੇ ਮਾਏ ਪਾਈਏ ਗੁਰਪ੍ਰਸਾਦ, ਉਹਦੀ ਪ੍ਰਾਪਤੀ ਵੀ ਕਰ ਸਕਦੇ ਹੋ ਕਿਉਂਕਿ ਨਾਮ ਦੇ ਵਿੱਚ ਹੀ ਅੰਮ੍ਰਿਤ ਰਸ ਰੱਖਿਆ। ਸੋ ਉਹਦੇ ਲਈ ਸਾਨੂੰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਪੌੜੀ ਦੱਸੀ ਹੈ ਉਹ ਦੱਸਿਆ ਗੁਰਮੰਤਰ ਦਾ ਅਭਿਆਸ। ਸਭ ਤੋਂ ਪਹਿਲਾਂ ਆਪਾਂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਨਾ ਸਿੱਖਣਾ ਹੈ। ਜੇ ਆਪਾਂ ਨੂੰ ਗੁਰਮੰਤਰ ਦਾ ਅਭਿਆਸ ਪ੍ਰਪੱਖ ਹੋ ਗਿਆ, ਆਪਾਂ ਨੂੰ ਕਰਨ ਦਾ ਤਰੀਕਾ ਆ ਗਿਆ, ਉਹ ਨਾਮ ਸਹਿਜ ਸੁਭਾਅ ਸਾਡੇ ਅੰਦਰ ਪ੍ਰਗਟ ਹੋ ਜਾਏਗਾ, ਕੰਨਾਂ ਦੇ ਅੰਦਰਲੇ ਪਾਸੇ ਸਾਨੂੰ ਆਵਾਜ਼ ਸੁਣਨੀ ਸ਼ੁਰੂ ਹੋ ਜਾਏਗੀ, ਫਿਰ ਉਸ ਨਾਮ ਨੂੰ ਸੁਣਨ ਦਾ ਤਰੀਕਾ, ਫਿਰ ਉਹ ਨਾਮ ਨੂੰ ਸੁਣ ਕੇ ਉਹਦੇ ਵਿੱਚੋਂ ਅੰਮ੍ਰਿਤ ਰਸ ਕਿਵੇਂ ਕੱਢਣਾ ਉਹ ਤਰੀਕਾ ਤੁਸੀਂ ਸਾਰੇ ਸਿੱਖ ਲਓ। ਇਹੀ ਸਿੱਖੀ ਦਾ ਸਿਧਾਂਤ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਰ ਅੱਜ ਉਹਨਾਂ ਵਿਪਰਨਵਾਦੀਆਂ ਦੀ ਏਜੰਸੀਆਂ ਦੀ ਮਨਮੁੱਖਾਂ ਦੀ ਚਾਲ ਦੇ ਸਦਕਾ ਆਪਾਂ ਸ਼ਬਦ ਵਾਲੇ ਪਾਸੇ ਤਾਂ ਹੈ ਹੀ ਨਹੀਂ। ਇਸ ਕਰਕੇ ਉਦੋਂ 40 ਗੁਰਮੁਖ ਸੀਗੇ ਆਪਾਂ ਦੇਖਦੇ ਹਾਂ ਜਿਨ੍ਹਾਂ ਨੇ 10 ਲੱਖ ਫੌਜ ਨਾਲ ਟਾਕਰਾ ਲਿਆ, ਪਰ ਉਹਨਾਂ 40 ਦਾ ਗੁਰਮੰਤਰ ਦਾ ਨਾਮ ਦਾ ਅਭਿਆਸ ਇੰਨਾ ਵੱਡਾ ਸੀ ਕਿ 1.25 ਲੱਖ ਦੇ ਬਰਾਬਰ ਗੁਰਮੁਖ ਜਾਂਦਾ ਸੀ। ਅੱਜ ਹੁਣ ਸਾਡਾ ਸ਼ਬਦ ਦਾ ਅਭਿਆਸ ਬਿਲਕੁਲ 0 ਹੋਣ ਕਰਕੇ ਅਸੀਂ ਕਰੋੜਾਂ ਵਿੱਚ ਹੋ ਕੇ ਵੀ ਉਹ ਕੰਮ ਨਹੀਂ ਕਰ ਸਕੇ ਜਿਹੜਾ ਉਹ 40 ਗੁਰਮੁਖ ਕਰ ਗਏ। ਅਸੀਂ ਆਪਦੀ ਜਨਸੰਖਿਆ 2-3 ਕਰੋੜ ਕਹਿੰਦੇ ਹਾਂ, ਪਰ ਜਿਹੜਾ ਅਭਿਆਸ ਦਾ ਲੇਵਲ ਹੈ
ਉਹ ਹਜੇ ਉਹ ਨਹੀਂ ਹੈ ਜੋ ਗੁਰੂ ਸਾਹਿਬ ਕਰਾਉਣਾ ਚਾਹੁੰਦੇ ਸੀ। ਹੁਣ ਗੁਰੂ ਨਾਨਕ ਦੇਵ ਦਾ ਕਿੰਨਾ ਅਭਿਆਸ ਹੈ ਕਿ ਉਹ ਇਕੱਲੇ ਗੁਰੂ ਨਾਨਕ ਵਰਲਡ ਦੇ ਵਿੱਚ ਸਿੱਖੀ ਪ੍ਰਗਟ ਕਰ ਦਿੰਦੇ ਨੇ, ਨਾ ਕੋ ਨਾ ਡੇਰਾ ਬਣਾਇਆ, ਨਾ ਕੋ ਨਾ ਕੋ ਕੀਤਾ, ਘਰੋਂ ਨਿਕਲਦੇ ਨੇ ਅਤੇ ਜਾ ਕੇ ਪ੍ਰਚਾਰ ਕਰੀ ਜਾਂਦੇ ਨੇ। ਇੱਕ ਗੁਰੂ ਨਾਨਕ ਦੇ ਅੰਦਰ ਕਿੰਨਾ ਆਤਮਕ ਬਲ ਹੈ, ਉਹ ਵਰਲਡ ਦੇ ਲੈਵਲ ਸਿੱਖੀ ਪ੍ਰਗਟ ਕਰਦੇ। ਅਸੀਂ ਕਰੋੜਾਂ ਦੇ ਵਿੱਚ ਵੀ ਉਨੀ ਸਿੱਖੀ ਨਹੀਂ ਪ੍ਰਗਟ ਕਰ ਸਕੇ, ਅਸੀਂ ਸਗੋਂ ਵੰਡ ਕੇ ਬਹਿ ਗਏ ਹਾਂ ਵੀ ਉਹ ਤੁਹਾਡੀ ਸੰਸਥਾ ਹੈ, ਸਾਡੀ ਸੰਸਥਾ ਹੈ। ਅਤੇ ਇਹ ਕੀ ਕਾਰਨ ਹੈ? ਸਿਰਫ ਇਕੱਲਾ ਗਿਆਨ ਹੀ ਆ, ਜੱਗ ਕਊਆ ਮੁੱਖ ਚੁੰਝ ਗਿਆਨ, ਹਰ ਇੱਕ ਜੀਵ ਨੂੰ ਗਿਆਨ ਹੈ। ਉਹ ਕਹਿੰਦਾ ਤੁਸੀਂ ਮੇਰਾ ਸੁਣਨਾ, ਨਹੀਂ ਸੁਣਨਾ ਤਾਂ ਜਾਓ, ਮੈਂ ਤਾਂ ਸੁਣਾ ਲਵਾਂਗਾ, ਦਸ ਵੀ ਹੋਰ ਜੋੜ ਲਵਾਂਗਾ। ਸੋ ਇੱਕ ਗਿਆਨ ਦੇ ਲੈਵਲ ਦੇ ਉੱਪਰ ਸਾਡੀ ਦੁਬਧਾਰੀ ਖਤਮ ਹੋ ਰਹੀ ਅਤੇ ਜਿਹੜਾ ਸਿੱਖੀ ਦਾ ਸਿਧਾਂਤ ਆ ਉਹ ਪ੍ਰਗਟ ਹੀ ਨਹੀਂ ਹੋ ਰਿਹਾ, ਸ਼ਬਦ ਦਾ ਸਿਧਾਂਤ ਪ੍ਰਗਟ ਨਹੀਂ ਹੋ ਰਿਹਾ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਅਨਹਦ ਬਾਣੀ ਦਾ ਖਜ਼ਾਨਾ ਲਈਏ, ਅੰਮ੍ਰਿਤ ਰਸ ਦਾ ਖਜ਼ਾਨਾ ਲਈਏ, ਜਿਹੜੇ ਸਾਨੂੰ ਵਾਰ ਵਾਰ ਇੱਥੇ ਸੰਸਾਰ ਦੇ ਵਿੱਚ ਆ ਕੇ ਨਵੇਂ ਮਾਂ ਬਾਪ ਮਿਲ ਜਾਂਦੇ ਨੇ, ਨਵਾਂ ਕਿਰਤ ਮਿਲਦਾ, ਨਵਾਂ ਪ੍ਰੋਫੈਸ਼ਨ ਮਿਲਦਾ, ਫਿਰ ਮੱਕ ਗਿਆ, ਫਿਰ ਚੱਲ ਪਿਆ, ਫਿਰ ਮੁੱਕ ਗਿਆ, ਫਿਰ ਚੱਲ ਪਿਆ, ਔਰ ਇੰਨੇ ਦੁਖੀ ਹੁੰਦੇ ਹਾਂ ਇਸ ਜ਼ਿੰਦਗੀ ਨੂੰ ਭੋਗਦੇ ਹਾਂ ਵੀ, ਅਤੇ ਫਿਰ ਜਦੋਂ ਜ਼ਿੰਦਗੀ ਦੇ ਵਿੱਚੋਂ ਸੰਸਾਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤਾਂ ਵੀ ਸਾਨੂੰ ਸਜ਼ਾਵਾਂ ਮਿਲਦੀਆਂ ਨੇ। ਇਹ ਜਨਮ ਮਰਨ ਦੁੱਖ ਭਾਰੀ, ਇਹ ਜਨਮ ਮਰਨ ਦੇ ਦੁੱਖ ਨੂੰ ਕੱਟਣ ਦੇ ਲਈ ਯਤਨ ਕਰੀਏ। ਸੋ ਸੰਤ ਦਾ ਮਾਰਗ ਜਿਹੜਾ ਹੈ ਉਹਨੂੰ ਅਪਣਾਈਏ, ਅਤੇ ਉਹ ਸਭ ਤੋਂ ਪਹਿਲਾਂ ਕੀ ਹੈ? ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ ਮੁੱਖ ਉੱਜਲ, ਸਦਾ ਸੁਖੀ ਨਾਨਕ ਸਿਮਰਤ ਏਕ। ਇਹੀ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ, ਇਹੀ ਪੰਜਾਂ ਪਿਆਰਿਆਂ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਦੇ ਸਮੇਂ ਸਾਨੂੰ ਦਿੰਦੇ ਨੇ ਅਤੇ ਹੁਕਮ ਕਰਦੇ ਨੇ ਕਿ ਇਹ ਜਪਣਾ ਹੈ ਵਾਹਿਗੁਰੂ। ਇਹੀ ਅਰਦੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੈ ਚਿੱਤਾ ਮਨ ਕਾ ਸਦਕਾ। ਹੁਣ ਕਈ ਤਾਂ ਜਾ ਰਹੇ ਹਾਂ ਅਤੇ ਜਪਣਾ ਵੀ ਹੈ, ਇਸ ਕਰਕੇ ਆਪਾਂ ਹੁਣ ਅੱਜ ਤੋਂ ਲੈ ਕੇ 21 ਤਰੀਕ ਤੱਕ ਲਗਾਤਾਰ ਇਸੇ ਹੀ ਅਸਥਾਨ 'ਤੇ ਸਵੇਰੇ ਦੁਪਹਿਰੇ ਸ਼ਾਮ ਅਤੇ ਰਾਤ ਨੂੰ 4 ਕਲਾਸਾਂ ਰੱਖੀਆਂ, ਦੋ ਦੋ ਘੰਟਿਆਂ ਦੀਆਂ, ਇੱਥੇ ਸ਼ਬਦ ਦਾ ਅਭਿਆਸ ਹੋਏਗਾ। 21 ਤਰੀਕ ਨੂੰ ਸੁਬਹਾ ਸਮਾਪਤੀ ਹੈ, ਉਨੇ ਦਿਨ ਆਪਾਂ ਵੱਧੋ ਵੱਧ ਸਵਾਸਾਂ ਦਾ ਧਨ ਇਕੱਠਾ ਕਰਨਾ, ਸਿਮਰਨ ਕਰਨਾ ਸਿੱਖਣਾ, ਫਿਰ ਸਿਮਰਨ ਕਰਕੇ ਅੰਤਰਗਤ ਕਿਵੇਂ ਸਹਿਜ 'ਚ ਬੈਠ ਕੇ ਉਹ ਅਨਹਦ ਬਾਣੀ ਨੂੰ ਸੁਣਨਾ ਹੈ, ਕਿਵੇਂ ਅਨਹਦ ਬਾਣੀ ਪ੍ਰਗਟ ਹੁੰਦੀ, ਉਹਦੀ ਆਵਾਜ਼ ਕੀ ਹੈ, ਉਹ ਅੰਮ੍ਰਿਤ ਜਿਹੜਾ ਪ੍ਰਗਟ ਹੁੰਦਾ ਉਹਦਾ ਸਵਾਦ ਕਿਹੋ ਜਿਹਾ, ਜਿਹੜੀ ਜੋਤ ਦੀ ਗੱਲ ਆਈ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਉਹ ਜੋਤ ਕਿਹੋ ਜਿਹੀ ਹੈ, ਕਿਵੇਂ ਅੰਦਰ ਮਸਤਕ 'ਤੇ ਪ੍ਰਕਾਸ਼ ਹੁੰਦਾ ਹੈ, ਕਿਵੇਂ ਜੋ ਗੁਰਬਾਣੀ ਵਿੱਚ ਕਿਹਾ ਗਿਆ, ਕਰ ਕਰ ਤਾਲ ਪਖਾਵਜ ਨੈਨੋ ਮਾਥੇ ਵਜੈ ਰਬਾਬਾ, ਕਰਨੋ ਮਦ ਬਾਂਸਰੀ ਵਾਜਿਆ ਜੀਵਾ ਤੋਂ ਨਗਾਜਾ, ਸਾਡੇ ਅੰਦਰ ਸਾਜ਼ ਵੱਜਦੇ ਆ, ਮਸਤਕ 'ਤੇ ਰਬਾਬ ਦੀ ਆਵਾਜ਼ ਆਉਂਦੀ ਹੈ, ਅੱਖਾਂ ਤਬਲੇ ਤਰ੍ਹਾਂ ਵੱਜਦੀਆਂ, ਕੰਨਾਂ ਵਿੱਚ ਬੀਣਾ ਵੱਜਦੀਆਂ, ਉਹ ਕੀ ਅਵਸਥਾ ਹੈ ਜੋ ਗੁਰਬਾਣੀ 'ਚ ਲਿਖੀ ਹੈ? ਆਪਾਂ ਕੋਸ਼ਿਸ਼ ਕਰਾਂਗੇ ਵੀ 3-4 ਦਿਨ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਸਿਮਰਨ ਅਭਿਆਸ ਕਰਕੇ ਪ੍ਰੈਕਟੀਕਲ ਕਰੀਏ, ਕਿਉਂਕਿ ਸਾਧ ਸੰਗਤ ਕਹਿ ਅੰਚਲ ਲਾਗੋ ਬਿਖਮ ਨਦੀ ਜੈ ਤਰਨੀ, ਇਹ ਸਾਧ ਸੰਗਤ ਦੀ ਅਵਸਥਾ ਬਹੁਤ ਵੱਡੀ ਹੈ। ਇੱਥੇ ਬਹਿ ਕੇ ਜਦੋਂ ਤੁਸੀਂ ਸ਼ਬਦ ਦਾ ਅਭਿਆਸ ਕਰੋਗੇ, ਇਸੇ ਅਭਿਆਸ ਦੇ ਵਿੱਚ ਤੁਹਾਡੀ ਇੰਨੀ ਪਾਵਰ ਵੱਧ ਜਾਂਦੀ ਹੈ ਕਿ ਤੁਹਾਡੇ ਅੰਦਰ ਦਾ ਜਿਹੜਾ ਉਹ ਭੰਡਾਰਾ ਹੈ ਉਹ ਸਹਿ ਸੁਭਾਅ ਖੁੱਲ੍ਹ ਜਾਂਦਾ। ਘਰ ਬੈਠ ਕੇ ਸਾਡੇ ਤੋਂ ਸਿਮਰਨ ਨਹੀਂ ਹੁੰਦਾ ਜਿੰਨਾ ਸਾਧ ਸੰਗਤ ਵਿੱਚ ਅਸੀਂ ਬੈਠ ਕੇ ਕਰ ਸਕਦੇ ਹਾਂ। ਸੋ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ, ਆਓ ਹੁਣ ਆਪਾਂ ਗੁਰੂ ਦੇ ਸ਼ਬਦ ਦਾ ਅਭਿਆਸ ਕਰੀਏ 16 ਸਮਾਂ, ਉਸ ਤੋਂ ਉਪਰੰਤ ਸਮਾਪਤੀ ਹੈ। ਫਿਰ ਕੱਲ੍ਹ ਨੂੰ ਸਵੇਰੇ ਅੰਮ੍ਰਿਤ ਵੇਲੇ ਇੱਥੇ ਸਿਮਰਨ ਦਾ ਅਭਿਆਸ ਆਪਣਾ ਸ਼ੁਰੂ ਕਰਾਉਣਗੇ ਗੁਰਮੁਖ, ਔਰ ਫਿਰ ਲਗਾਤਾਰ ਕਲਾਸਾਂ ਲੱਗਣਗੀਆਂ। ਸਵੇਰੇ 5:30 ਤੋਂ 7:30 ਵਜੇ ਸਿਮਰਨ ਹੋਏਗਾ, ਫਿਰ 10 ਤੋਂ 12, ਫਿਰ 3 ਤੋਂ 5, ਫਿਰ 7 ਤੋਂ 9। ਨਾਲ ਨਾਲ ਵਿੱਚ ਆਪਾਂ ਧਿਆਨ ਵੀ ਪ੍ਰਪੱਖ ਕਰੀ ਜਾਵਾਂਗੇ, ਨਾਲ ਨਾਲ ਸਿਮਰਨ ਵੀ, ਨਾਲ ਨਾਲ ਸ਼ਬਦ ਦੀ ਵਿਚਾਰ ਗੁਰਬਾਣੀ ਗੁਰੂ ਦੇ ਮੁਤਾਬਕ।
ਆਓ ਹੁਣ ਅੱਖਾਂ ਬੰਦ ਕਰਕੇ, ਬੇਨਤੀ ਹੈ ਕਿ ਸਾਰੇ ਅੱਖਾਂ ਬੰਦ ਕਰਕੇ ਵਾਹਿਗੁਰੂ ਸ਼ਬਦ ਦਾ ਆਪਾਂ ਅਭਿਆਸ ਕਰਨਾ ਹੈ। ਔਰ ਆਪ ਆਪਦੇ ਮੋਬਾਈਲ ਫੋਨ ਨੇ ਜਿਹੜੇ ਗੁਰਮੁਖਾਂ ਦੇ ਉਹ ਬੰਦ ਕਰ ਲਓ। ਸਵਾਸ ਗ੍ਰਾਸ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁੱਖ ਉਜਲ ਸਦਾ ਸੁਖੀ, ਨਾਨਕ ਸਿਮਰਤੇਕ। ਆਓ ਅੱਖਾਂ ਬੰਦ ਕਰਕੇ ਵਾਹਿਗੁਰੂ ਸ਼ਬਦ ਦਾ ਬੋਲ ਬੋਲ ਕੇ ਅਭਿਆਸ ਸ਼ੁਰੂ ਕਰੀਏ ਜੀ। ਵਾਹਿਗੁਰੂ 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 ਵਾਹ ਗ੍ਰੇ ਵਾਹ ਗ੍ਰੇ ਵਾਹ
Yeah.
Grim,
ਗੁਰੂ ਵਾਹਿਗੁਰੂ 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 ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਉੱਤਮ ਪਾਤੀ। ਇਹ ਹੁੰਦਾ ਹਰ ਹਰ ਜਪਣਾ, ਇਹ ਸੰਤਾਂ ਦੇ ਹਿੱਸੇ ਆਉਂਦਾ ਜਾਂ ਫਿਰ ਜਿਹੜੇ ਵਿਰਾਗ ਰੂਪ ਦੇ ਵਿੱਚ ਸੰਤ ਮਾਰਗ ਨੂੰ ਅਪਣਾਉਣਾ ਚਾਹੁੰਦੇ ਆ ਉਹਨਾਂ ਦੇ ਹਿੱਸੇ ਆਉਂਦਾ ਹੈ। ਸੰਸਾਰ ਦੇ ਹਿੱਸੇ ਗੁਰਮੰਤਰ ਨਹੀਂ ਆਉਂਦਾ ਤਾਂ ਹੀ ਉਹਨਾਂ ਨੂੰ ਮਨਮੁੱਖਾਂ ਦਾ ਦਰਜਾ ਦਿੱਤਾ ਹੈ। ਇਹ ਵਡਭਾਗੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕਈ ਜਨਮਾਂ ਦਾ ਪਿੱਛੇ ਵਿਰਾਗ ਹੈ, ਮਿਲਾਪ ਕਰਨਾ ਚਾਹੁੰਦੇ ਹੈ, ਉਹਨਾਂ ਦੇ ਹਿੱਸੇ ਫਿਰ ਮਹਾਰਾਜ ਕੀ ਕਹਿੰਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਜਿਨ੍ਹਾਂ ਨੂੰ ਬਖਸ਼ਦਾ ਹੈ ਨਾ ਵੀ ਬਖਸ਼ਦਾ ਤੈਨੂੰ ਜਾ। ਜਾਂ ਆਪਾਂ ਕਹੀਏ ਵੀ ਜਿਹਦੇ 'ਤੇ ਮਾਲਕ ਖੁਸ਼ ਹੁੰਦਾ ਉਹਨੂੰ ਕੀ ਦਿੰਦਾ, ਉਹਨੂੰ ਆਪਦੀ ਸਿਫਤ ਸਲਾਹੁਣਾ ਵਿੱਚ ਲਾ ਲੈਂਦਾ। ਉਹਦਾ ਕਾਰਨ ਜਿਹੜਾ ਆਪਾਂ ਨੂੰ ਇਹ ਦੁਨਿਆਵੀ ਜੀਵਨ ਮਿਲਿਆ ਨਾ, ਇਹ ਆਪਣੇ ਕਈ ਜਨਮਾਂ ਦਾ ਤਪ ਇਕੱਠਾ ਕਰਕੇ ਇਹ ਇੱਕ ਫਲ ਮਿਲਿਆ ਹੋਇਆ। ਜਿਵੇਂ ਸਾਡਾ ਜਦੋਂ ਮਨ ਜੂਨਾ ਭੋਗਦਾ, ਉਹ ਜੂਨ ਦੇ ਵਿੱਚ ਜਦੋਂ ਭੁਖਿਆਈ ਹੁੰਦੀ ਹੈ, ਜਿਵੇਂ ਕੀੜਾ ਹੁੰਦਾ ਉਹਦੇ ਉੱਪਰ ਕੋਈ ਵੀ ਪੈਰ ਰੱਖ ਕੇ ਚਲਿਆ ਗਿਆ ਤੜਫਦਾ ਰਹਿੰਦਾ। ਰੁੱਖ ਹੁੰਦਾ ਖੜ੍ਹਾ ਹੈ, ਉਹਨੂੰ ਠੰਡ ਵੀ ਲੱਗਦੀ ਹੈ, ਗਰਮੀ ਵੀ ਲੱਗਦੀ, ਉਹਨੂੰ ਕੋਈ ਵੱਢ ਦੇਵੇ ਉਹ ਕੋਈ ਰਾਗ ਨਹੀਂ ਕਰ ਸਕਦਾ, ਪਤਾ ਨਹੀਂ।
ਆਮ ਆਪਾਂ ਅਵਾਰਾ ਜਾਨਵਰ ਦੇਖਦੇ ਹਾਂ ਜਿਸ ਤਰ੍ਹਾਂ ਕੁੱਤੇ ਹੈ, ਗਾਵਾਂ ਹੈ, ਮੱਝਾਂ, ਅਵਾਰਾ ਰੂਪ 'ਚ ਜਿਹੜੇ ਫਿਰਦੇ ਆ, ਕੋਈ ਪੁੱਛਦਾ ਨਹੀਂ, ਲਿਫਾਫੇ ਖਾਂਦੇ ਆ, ਗੰਦਗੀ ਖਾਂਦੇ ਆ। ਅਤੇ ਜਦੋਂ ਆਪਾਂ ਇਸ ਤਰ੍ਹਾਂ ਦੀ ਜੂਨਾਂ ਦੇ ਵਿੱਚੋਂ ਆਏ ਨਾ, ਜਦੋਂ ਆਪਾਂ ਤੰਗੀ ਸਹੀ ਉੱਥੇ, ਅਤੇ ਆਪਾਂ ਜਿੰਨਾ ਕੁ ਗਿਆਨ ਸੀ ਉਹ ਪਸ਼ੂ ਨੂੰ, ਪੰਛੀ ਆਪਣਾ ਉੱਥੇ ਜਿੰਨਾ ਗਿਆਨ ਸੀ, ਉਸ ਗਿਆਨ ਵਿੱਚ ਆਪਾਂ ਮਾਲਕ ਨੂੰ ਵਿਰਾਗ ਕਰਨੇ ਹਾਂ ਵੀ ਸੱਚੇ ਪਾਤਸ਼ਾਹ ਅਸੀਂ ਕਿੱਥੇ ਫਸੇ ਹਾਂ, ਸਾਨੂੰ ਕੱਢ। ਪੂਰਵ ਜਨਮ ਪਰਚੂਨ ਕਮਾਏ ਹਰ ਹਰ ਨਾਮ ਪਿਆਰੇ, ਆਪਾਂ ਵਿਰਾਗ ਕਰਦੇ ਹਾਂ ਕਿਉਂਕਿ ਸਾਡਾ ਮਨ ਜਿੰਨੀ ਇਹ 900 ਕਰੋੜ ਆਬਾਦੀ ਹੈ ਵਰਲਡ ਦੀ, ਅਤੇ ਬਾਕੀ ਦੇਖੋ 84 ਲੱਖ ਜੂਨ ਕਿੰਨੀ ਹੈ, ਆਪਾਂ ਸਾਰੇ ਫਲੋ ਕਰਦੇ ਪਏ ਹਾਂ ਗਾਂਹ ਦੀ ਗਾਂਹ। ਲਾਅ ਆਫ ਅਟਰੈਕਸ਼ਨ ਚੱਲਦਾ ਪਿਆ, ਜਿੱਧਰ ਧਿਆਨ ਆ ਜਿਹਦਾ ਉੱਧਰ ਉੱਧਰ ਜਾਈ ਜਾਂਦਾ, ਜਿਵੇਂ ਸ਼ਵਾਸਾਂ ਤੋਂ ਤਾਂ ਜਿੱਧਰ ਧਿਆਨ ਉੱਧਰ ਗਿਆ, ਜਿੱਧਰ ਧਿਆਨ ਉੱਧਰ ਗਿਆ, ਆਪਦਾ ਧਿਆਨ ਹੀ ਸਾਨੂੰ ਲਈ ਜਾਂਦਾ। ਅਤੇ ਆਪਣਾ ਸ਼ਬਦ ਵਿੱਚ ਪ੍ਰਪੱਖ ਹੈ ਨਹੀਂ, ਸਭ ਤੋਂ ਜਿੱਥੇ ਧਿਆਨ ਜਾ ਕੇ ਫਿਰ ਖਤਮ ਹੋ ਜਾਂਦਾ ਹੈ ਵੀ ਇਹ ਤਾਂ ਘੁੰਮਣ ਘੇਰੀ ਆ, ਵਿੱਚ ਘੁੰਮਣ ਘਿਰੀ ਆ। ਵੀ ਜੇ ਮਾਤਾ ਪਿਤਾ ਦਾ ਧਿਆਨ ਹੈ, ਕਹਿੰਦੇ ਜੋ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੇ ਜਿਮਰੈ, ਪ੍ਰੇਤ ਜੋਣ ਵੱਲ ਉਤਰੈ। ਅੰਤਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮੇ ਜਿਮਰੈ, ਸਰਪ ਜੋਣ ਵੱਲ ਉਤਰੈ, ਵੱਲ ਉਤਰੈ। ਇਹ ਤਾਂ ਜਿੱਥੇ ਕਿਸੇ ਦੀ ਬਿਰਤੀ ਟਿਕਾਊ ਹੈ, ਅਤੇ ਆਪਾਂ ਇਸ ਤਰ੍ਹਾਂ ਵਿਰਾਗ ਕਰਦੇ ਰਹੇ ਵੀ ਸਾਨੂੰ ਕੱਢੋ ਕੱਢੋ, ਉਹ ਫਿਰ ਇੱਕ ਜਿਹੜਾ ਆਪਾਂ ਨਾਮ ਜਪਦੇ ਹਾਂ, ਇੱਕ 84 ਲੱਖ ਜੂਨ ਨਾਮ ਜਪਦੀ ਹੈ ਨਾ, ਇਹਦੀ ਦਰਜਾ ਇੱਕ ਬਰਾਬਰ ਨਹੀਂ ਹੈ, ਕਿਉਂਕਿ ਆਪਣੇ 'ਚ ਗਿਆਨ ਜ਼ਿਆਦਾ, ਪਾਵਰ ਜ਼ਿਆਦਾ, ਆਪਾਂ ਸਿਮਰਨ ਜ਼ਿਆਦਾ ਆਪਣਾ ਗਿਣਿਆ ਜਾਂਦਾ। ਉਹ ਫਿਰ ਥੋੜ੍ਹਾ 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 ਜਿਹੜਾ ਕਹਿੰਦੇ ਨੇ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਭਾਵ ਹਾਥੀ ਰਹੇ, ਮਛਲੀ ਰਹੇ, ਸਰਪ ਹੋਏ, ਪੰਖੀ ਉੱਡਣ ਵਾਲੇ ਹੋਏ, ਕੀੜੇ ਰਹੇ, ਪਤੰਗੇ ਰਹੇ, ਮਹਾਰਾਜ ਦੀ ਬਾਣੀ ਮੋਹਰ ਲਾਉਂਦੀ। ਮਨ ਜੋਤ ਆ, ਜੋਤ ਜਿੱਥੇ ਧਿਆਨ ਹੋ ਗਿਆ ਉਸੇ ਆਕਾਰ 'ਚ ਗਿਆ, ਉੱਥੋਂ ਸਵਾਸ ਖਤਮ ਹੋਏ, ਜਿੱਥੇ ਧਿਆਨ ਹੋਇਆ ਉੱਥੇ ਗਿਆ, ਉੱਥੇ ਗਿਆ, ਧਿਆਨ ਦੀ ਖੇਡ। ਫਿਰ ਕਾਫੀ ਜਨਮਾਂ ਤੋਂ ਬਾਅਦ ਮਹਾਰਾਜ ਕਹਿੰਦੇ ਕਾਫੀ ਸਮੇਂ ਤੋਂ ਬਾਅਦ ਚਿਰੰਕਾਲ ਪਈ ਦੁਰਲਭ ਦੇ, ਫਿਰ ਉਹ ਜਿਹੜਾ ਆਪਾਂ ਸਿਮਰਨ ਕੀਤਾ, ਜਿਵੇਂ ਦੇ ਕਰਮ ਕੀਤੇ, ਜਿਵੇਂ ਦਾ ਬਿਹੇਵ ਕੀਤਾ, ਉਹ ਸਾਰਾ ਮਿਲਾ ਕੇ ਸਾਨੂੰ ਦੱਸਿਆ ਗਿਆ ਇੰਨਾ ਸਿਮਰਨ ਤੇਰਾ ਹੈ, ਆਹ ਤੇਰੀ ਪੂੰਜੀ ਬਣਦੀ ਹੈ, ਇੰਨੇ ਕੁ ਤੇਰਾ ਰਿਸ਼ਤੇਦਾਰ ਭੈਣ ਭਾਈ, ਆਹ ਤੇਰੇ ਸਵਾਸ ਬਣਦੇ ਹੈ, ਇੰਨਾ ਬਣਦਾ ਹੈ। ਅਤੇ ਹੁਣ ਤੁਸੀਂ ਜਾਣਾ, ਹੁਣ ਦੁਬਾਰੇ ਨਾ ਦੇਖਿਆ ਜੇ ਉਸੇ, ਜਿਵੇਂ ਹੁਣ ਜਲ ਦੀਆਂ ਜੂਨਾਂ ਨੇ 42 ਲੱਖ ਜੀ ਜਲ ਮੈਂ ਹੋਤੇ, 42 ਲੱਖ ਜੂਨ ਜਲ ਦੀ ਦੱਸੀ ਹੈ, ਦੁਬਾਰੇ ਨਾ ਉੱਧਰ ਨੂੰ ਮੂਵ ਆਨ ਹੋ ਜੀ। ਇਸ ਤਰ੍ਹਾਂ ਹੁਣ ਇਸ ਵਾਰੀ ਸ਼ਬਦ ਦੇ ਵਿੱਚ, ਗੁਰਮੰਤਰ ਦੇ ਵਿੱਚ ਮੇਰੇ ਵਿੱਚ ਧਿਆਨ ਟਿਕਾ ਲਈ ਉੱਥੇ ਜਾ ਕੇ, ਬਾਕੀ ਭੋਗ ਭੋਗਦਾ ਰਹੀ। ਨਾਮਾ ਕਹਿ ਤਲੋਚਨ ਮੁੱਖ ਤੇ ਰਾਮ ਸਮਾਲ, ਹਾਥ ਪਾਉਂ ਕਰ ਕਾਮ ਸਭ, ਜੋ ਤੇਰਾ ਕੰਮ ਉੱਥੇ ਪ੍ਰੋਫੈਸ਼ਨ ਤੈਨੂੰ ਦਿੱਤਾ, ਤੇਰਾ ਪਰਿਵਾਰ ਪਾਲਣ ਲਈ, ਤੈਨੂੰ ਪਾਲਣ ਲਈ, ਉਹ ਪ੍ਰੋਫੈਸ਼ਨ ਨੂੰ ਚਲਾਉਣਾ, ਨਾਲ ਤੂੰ ਅਭਿਆਸ ਕਰੀ ਜਾਈ। ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ, ਕਾਮ ਕਰੋ ਲੋ ਮੋਹ ਜੀਤੋ, ਐਸੀ ਖੇਲ ਹਰ ਪਿਆਰੀ। ਕਰਮ ਦੇ ਨਾਲ ਸਿਮਰਨ ਕਰਨਾ ਬਸ, ਹੋਰ ਕੋਈ ਵੱਖਰਾ ਤਪ ਨਹੀਂ ਵੀ ਉੱਥੇ ਜਾ ਕੇ ਜੰਗਲਾਂ 'ਚ ਬੈਠ ਜਾਵੇਂ, ਠੰਡ 'ਚ ਬੈਠ ਜਾਵੇਂ, ਅੱਗ 'ਚ ਬੈਠ ਜਾਵੇਂ, ਨਹੀਂ। ਜੋ ਜੀਵਨ ਹੈ ਇਹਦੇ ਵਿੱਚ ਤੈਨੂੰ ਔਖਿਆਈਆਂ ਆਉਂਦੀਆਂ, ਦੁੱਖ ਆਉਂਦੇ ਆ, ਸੁੱਖ ਆਉਂਦੇ ਆ, ਵਿਛੋੜੇ ਪੈਂਦੇ ਆ, ਮਿਲਾਪ ਹੁੰਦੇ ਆ, ਅਮੀਰੀ ਆਉਂਦੀ, ਗਰੀਬੀ ਆਉਂਦੀ, ਇਹ ਸਭ ਭੋਗਦੇ ਆ, ਨਾਲ ਅਭਿਆਸ ਨਹੀਂ ਛੱਡਣਾ। ਜੇ ਕੱਢ ਗਿਆ ਤਾਂ ਮੁਕਤ, ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਦਿਆਂ ਹੈ ਸੰਤ ਅੰਤ ਲਹੇਂਗੇ, ਮੁਕਤ ਫਲ ਪਾਵਾਂਗੇ ਭਗਵੰਤ। ਹੁਣ ਉਹ ਦੇਖੋ, ਇਹ ਜਿਹੜੇ ਸਾਨੂੰ ਜੀਵਨ ਦੇ ਸੁੱਖ ਮਿਲੇ ਹੋਏ ਆ, ਕਿਸੇ ਨੂੰ ਵੱਧ ਪੂੰਜੀ ਆ, ਕਿਸੇ ਨੂੰ ਘੱਟ ਆ, ਕਿਸੇ ਦੀ, ਇਹ ਸਾਡਾ ਪਿਛਲਾ ਸਿਮਰਨ ਆ। ਕਿਸੇ ਦਾ ਸਿਮਰਨ ਜ਼ਿਆਦਾ ਹੈ, ਕਰਮ ਚੰਗੇ ਨੇ, ਕਿਸੇ ਦਾ ਘੱਟ ਆ। ਅਤੇ ਜਦੋਂ ਮਹਾਰਾਜ ਕਿਰਪਾ ਕਰਦੇ ਨੇ, ਇਸ ਜਨਮ ਵਿੱਚ ਆਪਾਂ ਨੂੰ ਸਿਫਤ ਸਲਾਹੁਣਾ ਬਖਸ਼ ਦਿੰਦੇ ਆ, ਆਪਾਂ ਆਪ ਕਰਦੇ ਹਾਂ, ਦੂਜਿਆਂ ਨੂੰ ਕਰਾਉਂਦੇ ਹਾਂ, ਉਹ ਸਾਡਾ ਸਵਾਸ ਜ਼ਿਆਦਾ ਜਮ੍ਹਾਂ ਹੋਣ ਲੱਗ ਪੈਂਦੇ ਨੇ।
ਇਹੀ ਸਵਾਸ ਆਪਾਂ ਪਿਛਲੀਆਂ ਜੂਨਾਂ 'ਚ ਜਮ੍ਹਾਂ ਕੀਤੇ ਸੀ। ਇਹੀ ਫਿਰ ਇੱਥੇ ਜਦੋਂ ਸਾਨੂੰ ਸੋਝੀ ਆ ਗਈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਸਾਧੂਆਂ ਨਾਲ ਸੰਤਾਂ ਨਾਲ ਮਿਲ ਕੇ ਸੋਝੀ ਆਈ ਵੀ ਸਿਰਫ ਸਿਮਰਨ ਕਰੋ, ਸਵਾਸਾਂ ਦਾ ਧਨ ਜਮ੍ਹਾਂ ਕਰਾਓ, ਭੋਗ ਭੋਗਦਿਆਂ ਮਾਲਕ ਵਿੱਚ ਸ਼ਬਦ ਗੁਰੂ ਵਿੱਚ ਧਿਆਨ ਰੱਖੋ, ਤੁਸੀਂ ਮੁਕਤ ਹੋ। ਉਹਨਾਂ ਸਾਨੂੰ ਦੱਸ ਦਿੱਤਾ। ਤਾਂ ਹੀ ਕਹਿ ਦਿੱਤਾ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੰਤ ਨਾਮ ਜਪਾਉਂਦੇ ਨੇ, ਵੱਧੋ ਵੱਧ ਸਵਾਸ ਜੋੜੋ। ਅਤੇ ਜਿਵੇਂ ਆਪਾਂ ਇੱਥੇ ਫਿਰ ਸਿਮਰਨ ਕਰਦੇ ਹਾਂ, ਉਹ ਖੁਸ਼ ਹੁੰਦਾ ਹੈ, ਆਪਾਂ ਨੂੰ ਸਿਮਰਨ 'ਤੇ ਲਾ ਦਿੰਦਾ ਹੈ, ਸਿਫਤ ਕਰੋ, ਮੇਰੇ ਗੁਣ ਗਾਓ, ਉਹ ਸਵਾਸ ਜਮ੍ਹਾਂ ਹੁੰਦੇ ਨੇ। ਫਿਰ ਜੋ ਪਿਛੋਕੜ ਦਾ ਸਾਨੂੰ ਮਿਲਿਆ ਉਹ ਤਾਂ ਮਿਲ ਹੀ ਜਾਂਦਾ ਹੈ। ਜਦੋਂ ਅਸੀਂ ਵੱਧੋ ਵੱਧ ਸ਼ਬਦ ਦਾ ਅਭਿਆਸ ਕਰਦੇ ਹਾਂ, ਫਿਰ ਸਾਨੂੰ ਹੋਰ ਵੀ ਸਾਡੀ ਸ਼ਬਦ ਦੀ ਤਾਕਤ ਨਾਲ ਹੋਰ ਬਰਕਤਾਂ ਮਿਲਦੀਆਂ ਨੇ। ਇੱਥੇ ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ। ਇੱਕ ਅਸੀਂ ਜਿਵੇਂ ਰੋਟੀਆਂ ਨਾਲ ਬੰਨ ਕੇ ਲਿਆਂਦੀਆਂ, ਇੱਕ ਸਾਡੇ ਕੋਲ ਪੂੰਜੀ ਹੈਗੀ ਹੈ, ਅਸੀਂ ਤਾਜ਼ੀਆਂ ਵੀ ਲੈ ਕੇ ਖਾ ਸਕਦੇ ਹਾਂ। ਸੋ ਜੋ ਸਾਡਾ ਪਿਛੋਕੜ ਦਾ ਸਾਨੂੰ ਮਿਲ ਹੀ ਜਾਣਾ, ਉਹ ਖੋ ਨਹੀਂ ਸਕਦਾ ਸਾਡੇ ਤੋਂ ਕੋਈ ਵੀ। ਕਾਹੇ ਰੇ ਮਨ ਚਿਤਵੈ ਉਦਮ ਜਾ ਆਹ ਹਰ ਹਰ ਜੀਓ, ਸਾਡਾ ਉਹ ਲਿਖਿਆ ਹੋਇਆ। ਪਰ ਜੇ ਇੱਥੇ ਆ ਕੇ ਜਦੋਂ ਆਪਾਂ ਸਿਮਰਨ ਕਰਦੇ ਹਾਂ, ਮਾਲਕ ਦੀ ਸਿਫਤ ਕਰਦੇ ਹਾਂ, ਉਹ ਸਾਨੂੰ ਬਖਸ਼ ਦਿੰਦਾ, ਫਿਰ ਉਹਦੇ ਵੰਡੇ ਸਾਨੂੰ ਹੋਰ ਮਿਲਦਾ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਏ। ਅਤੇ ਫਿਰ ਜਿਹਨੂੰ ਬਖਸ਼ਤਾ ਉਹਨੂੰ ਇਸ ਤਰ੍ਹਾਂ ਦੇ ਦਿੰਦਾ, ਅਤੇ ਕਹਿੰਦੇ ਜਿਹਨੂੰ ਨਹੀਂ ਬਖਸ਼ਿਆ ਕਹਿੰਦਾ ਉਹਨੂੰ ਦੁਨਿਆਵੀ ਸਹੂਲਤਾਂ ਦੇ ਦਿੰਦਾ, ਉਹ ਸਹੂਲਤਾਂ 'ਚ ਉਲਝ ਜਾਂਦਾ, ਉਹਨੂੰ ਦੁਨਿਆਵੀ ਅਮੀਰ ਬਣਾ ਦਿੰਦਾ, ਉਹ ਦੁਨਿਆਵੀ ਅਮੀਰੀ ਵਿੱਚ ਹੀ ਉਲਝ ਜਾਂਦਾ ਵੀ ਇੱਥੋਂ ਮੇਰੇ ਖੁੱਟ ਨਾ ਜਾਵੇ, ਆਹ ਮੇਰੀ ਸ਼ੋਹਰਤ ਨਾ ਘੱਟ ਹੋ ਜਾਵੇ, ਮੇਰਾ ਧਨ ਨਾ ਘੱਟ ਹੋ ਜਾਵੇ। ਅਤੇ ਜਿਹਨੂੰ ਆਪਦਾ ਧਨ ਦੇ ਦਿੰਦਾ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹਨੂੰ ਇੱਥੇ ਵੀ ਸੁੱਖ, ਅਤੇ ਜਦੋਂ ਇੱਥੋਂ ਨਿਕਲੇਗਾ ਉਹਦੇ ਸਿਫਤੀ ਦੇ ਸਵਾਸਾਂ ਦੇ ਧਨ ਦੇ ਭੰਡਾਰ ਭਰੇ ਪਏ ਆ, ਦੂਜਿਆਂ ਦੇ ਵੀ ਉਹਨੇ ਸਵਾਸ ਜਮ੍ਹਾਂ ਕਰਵਾ ਦਿੱਤੇ। ਰੇ ਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦੇਊ, ਉਹਦੀ ਦਰਗਾਹ ਦੇ ਵਿੱਚ ਵੀ ਜੈ ਜੈਕਾਰ ਹੈ। ਆਪਾਂ ਪੜ੍ਹਦੇ ਹਾਂ ਨਾ, ਤੇਗ ਬਹਾਦਰ ਕੇ ਚਲਤ ਭਇਓ, ਜਗਤ ਕੋ ਸੋਕ ਹੈ 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 ਸਭ ਜਗ ਭਇਓ, ਜੈ ਜੈ ਜੈ, ਉਹਨਾਂ ਦੀ ਜੈ ਜੈਕਾਰ ਆ ਉੱਥੇ ਸੁਰਲੋਕ ਵਿੱਚ। ਇਸ ਤਰ੍ਹਾਂ ਆਪਾਂ ਨੂੰ ਜੁਗਤੀ ਦੱਸਤੀ ਵੀ ਤੁਸੀਂ ਕੁਛ ਨਹੀਂ, ਸੰਸਾਰ ਨੂੰ ਕਰਮ ਲਿਖ ਕੇ ਦਿੱਤਾ ਹੋਇਆ, ਇਹਨੂੰ ਕਰਨ ਦੀ ਜਾਂਚ ਨਹੀਂ। ਉਹ ਲਿਖਿਆ ਵੀ ਹੋਇਆ ਨਾਲ ਬੰਨਿਆ, ਉਹਦੇ 'ਚ ਫਿਰ ਉਲਝ ਜਾਂਦੇ ਆ, ਮੇਰਾ ਕੀ ਬਣੂ, ਮੇਰੇ ਮਾਤਾ ਪਿਤਾ ਦਾ ਕੀ ਬਣੂ, ਅੱਗੇ ਕੀ ਬਣੂ, ਕੱਲ੍ਹ ਕੀ ਬਣੂ, ਪਰਸੋਂ ਕੀ ਹੋਇਆ, ਫਿਰ ਜੋ ਹੋ ਗਿਆ ਉਹਦੇ ਝੋਰੇ ਕਰਨੇ, ਆਸਾ ਮਨਸਾ ਕਰਨੀਆਂ, ਭੁਲਾਸ਼ਾ ਕਰਨੀ, ਇਹ ਮਾਇਆ ਹੁੰਦੀ ਹੈ। ਅਤੇ ਭਗਤ ਨੂੰ ਪਤਾ ਹੈ ਜੋ ਕੁਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ। ਇਹ ਹੁਣ ਮਾਲਕ ਦਾ ਖੇਲ ਹੈ, ਮੈਂ ਆਪਦਾ ਸਿਮਰਨ ਕਰਾਂ ਅਤੇ ਮਨ ਨੂੰ ਸੌਣ ਨਾ ਦਿਆਂ, ਉਹ ਜਿੱਤ ਗਿਆ ਸਮਝੋ, ਖੇਡ ਜਿੱਤ ਗਿਆ। ਸਿਰ ਸਲਾਉਣਾ ਕਰਦਾ ਊਚ ਨੀਚ ਤੋਂ, ਜਾਤ ਮਜ਼ਹਬ ਤੋਂ ਉੱਪਰ ਉੱਠ ਕੇ ਅਭਿਆਸ ਕਰਦਾ, ਦੂਜਿਆਂ ਨੂੰ ਕਰਾਉਂਦਾ। ਇਸ ਕਰਕੇ ਤੁਸੀਂ ਵੱਡੇ ਭਾਗਾਂ ਵਾਲੇ ਹੋ, ਮਾਲਕ ਤੁਹਾਡੇ 'ਤੇ ਖੁਸ਼ ਹੋਇਆ, ਉਹਨਾਂ ਨੇ ਤੁਹਾਨੂੰ ਹੁਣ ਤਿੰਨ ਚਾਰ ਦਿਨ ਇੱਥੇ ਆਪਦੀ ਸਿਫਤ ਕਰਨ ਦੇ ਲਈ ਬੁਲਾਇਆ ਵੀ ਮੇਰੇ ਬੱਚੇ, ਆਪਾਂ ਤਾਂ ਭੁੱਲ ਗਏ ਹਾਂ ਸਭ ਕੁਛ, ਪਰ ਉਹਨੂੰ ਪਤਾ ਨਾ ਵੀ ਕਿੰਨੇ ਕਰੋੜਾਂ ਜਨਮਾਂ ਤੋਂ ਇਹ ਚੱਲੇ ਹੋਏ ਨੇ, ਆਓ ਇਹਨਾਂ ਨੂੰ ਹੁਣ ਨਾਮ ਦਾ ਤੋਸਾ ਦੇ ਦਈਏ, ਹੁਣ ਇਹਨਾਂ ਨੂੰ ਬਖਸ਼ੀਏ। ਇਹ ਅਭਿਆਸ ਕਰਨਗੇ, ਇਹਨਾਂ ਦਾ ਸਵਾਸਾਂ ਦਾ ਧਨ ਖਤਮ ਹੋਏਗਾ, ਜਿਉਂ ਹੀ ਇੱਥੋਂ ਸਵਾਸਾਂ ਦਾ ਧਨ ਪੂਰਾ ਹੋਇਆ ਅਤੇ ਆਹ ਜਿਹੜਾ ਹੁਣ ਆਪਾਂ ਬੈਠ ਕੇ ਕਰਦੇ ਪਏ ਨਾ, ਇਹਦਾ ਲਾਹਾ ਮਿਲਣਾ ਆਪਾਂ ਨੂੰ ਦਰਗਾਹ ਵਿੱਚ, ਇੱਥੇ ਨਹੀਂ ਦਰਗਾਹ 'ਚ ਵੀ ਮਿਲਣਾ। ਜਿੰਨੇ ਸਵਾਸ ਜੁੜੇ ਆਪਾਂ, ਸਭ ਸੁਰਤੀ ਮਿਲ ਸੁਰਤ ਕਮਾਈ, ਸਾਰੀਆਂ ਸੁਰਤੀਆਂ ਇਕੱਠੀਆਂ ਹੋ ਗਈਆਂ, ਹੁਣ ਆਪਾਂ ਕਮਾਈ ਕੀਤੀ, ਸਭ ਕੀਮਤ ਮਿਲ ਕੀਮਤ ਪਾਈ, ਫਿਰ ਇਹਦੀ ਕੀਮਤ ਪੈਂਦੀ ਹੈ ਦਰਗਾਹ ਦੇ ਵਿੱਚ।
ਅਤੇ ਜੇ ਆਪਾਂ ਕੀਤਾ ਹੀ ਕੱਖ ਨਹੀਂ, ਸਵੇਰੇ ਉੱਠ ਜਾਂਦੇ ਹਾਂ ਲਾਲਚ ਲੱਗ ਜਾਂਦੇ ਹਾਂ ਫੁਰਨਿਆਂ ਦੇ, ਜਿਵੇਂ ਪੰਜ ਵਿਚਾਰ ਦਿੱਤੀ ਜਾਂਦੀ, ਕਦੇ ਬਾਜ਼ਾਰ ਚਲੇ ਗਏ, ਕਦੇ ਸੌਂ ਗਏ, ਕਦੇ ਖਾ ਲਿਆ, ਕਦੇ ਪੀ ਲਿਆ, ਕਦੇ ਨਸ਼ਾ ਕਰ ਲਿਆ, ਕਦੇ ਫਿਲਮ ਦੇਖ ਲਈ, ਕਦੇ ਬਾਹਰ ਚਲੇ ਗਏ, ਕਿਸੇ ਦੀ ਨਿੰਦਿਆ ਕਰ ਲਈ, ਕਦੇ ਚੁਗਲੀ ਕਰ ਲਈ, ਕਦੇ ਫੋਨ ਦੇਖ ਲਿਆ, ਉਹ ਤਾਂ ਖਰਚੀ ਜਾਂਦੇ ਹੋ ਜਿਹੜਾ ਪਿੱਛੇ ਮਿੰਨਤਾਂ ਕਰ ਕਰ ਲਏ ਸਵਾਸ। ਜੋ ਬੇਨਤੀਆਂ ਜੋਦਰੀਆਂ ਕਰਕੇ ਕਈ ਜਨਮਾਂ ਤੋਂ ਬਾਅਦ ਇਹ ਫਲ ਪ੍ਰਾਪਤ ਹੋਇਆ, ਜਿਵੇਂ ਇੱਕ ਆਪਾਂ ਟ੍ਰੇਨ 'ਚ ਚੜ੍ਹ ਗਏ, ਬੱਸ 'ਚ ਚੜ੍ਹ ਗਏ, ਟਿਕਟ ਲੈ ਲਈ, 6 ਘੰਟਿਆਂ ਦਾ ਸਫ਼ਰ ਹੈ, ਤੁਸੀਂ ਉਹ 'ਤੇ ਸਵਾਰੀਆਂ ਨਾਲ ਝਗੜਾ ਕਰਕੇ, ਇੱਕ ਦੂਜੇ ਨਾਲ ਗੱਲਾਂ ਕਰਕੇ, ਸ਼ਰਾਬ ਪੀ ਕੇ 6 ਘੰਟੇ ਕੱਟ ਲਓ, ਤੁਹਾਡੀ ਮਰਜ਼ੀ, ਸਫ਼ਰ ਤਾਂ ਖਤਮ ਹੋਏਗਾ। ਅਤੇ ਇੱਕ ਉੱਥੇ ਬੈਠਾ ਉਹ ਕਹਿੰਦਾ ਵੀ ਆਪਣਾ ਜਿੰਨਾ ਚਿਰ ਸਫ਼ਰ ਹੈ ਮੈਂ ਅੱਖਾਂ ਬੰਦ ਕਰਕੇ ਆਪਦਾ ਸਿਮਰਨ ਕਰੀ ਜਾਂਦਾ, ਬਾਣੀ ਪੜ੍ਹੀ ਜਾਂਦਾ, ਉਹ ਵੀ ਸਫ਼ਰ ਕੱਢ ਲੈਗਾ। ਹੁਣ ਤੁਸੀਂ ਕਹੋਗੇ ਵੀ ਤੈਂ ਸਾਰਾ ਸਫ਼ਰ ਕਹਿੰਦਾ ਪਾਠ ਹੀ ਕਰੀ ਗਿਆ, ਤੈਨੂੰ ਹੋਰ ਤੂੰ ਕੋਈ ਕੀਤਾ ਹੀ ਨਹੀਂ, ਉਹਦੇ ਸਵਾਸਾਂ ਦਾ ਧਨ ਜਮ੍ਹਾਂ ਹੋਇਆ, ਸਫ਼ਰ ਖਤਮ ਹੋ ਗਿਆ। ਅਸੀਂ ਸਵਾਰੀਆਂ ਨਾਲ ਝਗੜਾ ਕਰ, ਕਦੇ ਕੁਛ ਪੁੱਛ, ਕਦੇ ਕਿੱਧਰ ਦੇਖ, ਅਸੀਂ ਉਵੇਂ ਸਫ਼ਰ ਕੱਢ ਲਿਆ। ਇਹੀ ਜ਼ਿੰਦਗੀ ਦਾ ਸਫ਼ਰ ਹੈ, ਮਾਲਕ ਲਿਖੇ ਤੋਂ ਬਾਅਦ ਮੁੱਕਰਦਾ ਨਹੀਂ। ਇੱਕ ਵਾਰੀ ਜੋ ਉਹਨੇ ਲਿਖਤਾ, ਫਿਰ ਸਾਨੂੰ ਕਹਿੰਦਾ ਵੀ ਹੁਣ ਮੈਂ ਦੇਖਾਂਗਾ ਤੂੰ ਇਸ ਲਿਖੇ ਦੇ ਵਿੱਚ ਕਿੰਨਾ ਕਿਸ ਤਰੀਕੇ ਚੱਲਦਾ, ਮਟਾਉਂਦਾ ਨਹੀਂ। ਜਿੰਨਾ ਚਿਰ ਖਤਮ ਨਹੀਂ ਹੁੰਦਾ ਤੈਨੂੰ ਕੋਈ ਛੇੜਛਾੜ ਨਹੀਂ ਕਰ ਸਕਦਾ। ਅਤੇ ਜਦੋਂ ਤੂੰ ਸਵਾਸਾਂ ਦਾ ਧਨ ਖਤਮ ਹੋਇਆ, ਅਤੇ ਜੇ ਉਦੋਂ ਪਹਿਲਾਂ ਮਿਲਾਪ ਨਾ ਕੀਤਾ, ਫਿਰ ਜੋ ਤੂੰ ਕੀਤਾ ਫਿਰ ਉਹਦੇ ਮੁਤਾਬਕ ਤੇਰਾ ਦੇਖਿਆ ਜਾਏਗਾ। ਆਪੇ ਜਾਣਾ, ਆਪੇ ਦੇ ਆਖੇ ਸੇ ਭੀ, ਕਿਸੇ ਨੂੰ ਕੁਛ ਨਹੀਂ ਕਹਿੰਦਾ, ਉਹ ਕਹਿੰਦਾ ਵਾ ਵੇਖਾਂਗੇ ਕੀ ਕਰਦੇ ਹੋ। ਰੱਬ ਤੋਂ ਵੱਡਾ ਤਾਂ ਕੁਛ ਵੀ ਨਹੀਂ। ਆਪਾਂ 100 ਮੀਲ ਦੇ ਰਾਜੇ ਹਾਂ, 100 ਤੋਂ ਉੱਪਰ ਹੈ। ਆਪਾਂ 1000 ਮੀਲ ਦੇ ਰਾਜੇ ਹਾਂ, ਉਹ 1000 ਤੋਂ ਵੀ ਉੱਪਰ ਹੈ। ਆਪਾਂ 10 ਖੰਡਾਂ ਦੇ ਰਾਜੇ ਹਾਂ, 10 ਤੋਂ ਵੀ ਉੱਪਰ ਹੈ, ਉੱਪਰ ਹੀ ਉੱਪਰ। ਖਾਲੀ ਖਿਲਾ ਵੇਖ ਲਓ, ਧਰਤੀ ਤੋਂ ਉੱਪਰ ਕਿੰਨਾ ਵੱਡਾ, ਸਾਰਾ ਹੀ ਉਹਦਾ। ਆਪੇ ਜਾਣੇ, ਆਪੇ ਦੇ ਆਖੇ ਸੇ ਵੀ ਕਈ ਕੇ, ਕਿਸੇ ਨੂੰ ਕੁਛ ਨਹੀਂ ਕਹਿੰਦਾ। ਫਿਰ ਜਦੋਂ ਇੱਥੋਂ ਨਿਕਲਦਾ ਹੈ, ਤਾਂ ਫਿਰ ਜਿਨ੍ਹਾਂ ਨੇ ਚੇਤੇ 'ਚ ਨਹੀਂ ਰੱਖਿਆ, ਕਹਿੰਦੇ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਉਹਨੂੰ ਫਗੜ ਲੈਂਦੇ। ਆ ਜਾ ਬਈ ਰਾਜਾ ਸਾਹਿਬ, ਇੰਨੀਆਂ ਸਹੂਲਤਾਂ ਲੈ ਕੇ ਵੀ ਵਿਖਿਆ ਇਕੱਠੀ ਕਰਕੇ ਆ ਗਏ, ਆ ਜਾਓ। ਅਤੇ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਹੈ, 1430 ਅੰਗਾਂ ਵਿੱਚ ਖੇਲ ਦੱਸਿਆ ਹੋਇਆ, ਜਿੱਤਣ ਦਾ ਤਰੀਕਾ ਦੱਸਿਆ, ਵੀ ਵੇਖੋ ਇਹ ਤੁਹਾਡਾ ਕਿਸੇ ਨੇ ਰਿਜਕ ਖੋਣਾ ਨਹੀਂ, ਇਹ ਮਾਲਕ ਤੁਹਾਨੂੰ ਦੇਈ ਜਾ ਰਿਹਾ ਹੈ। ਪਰ ਸਭ ਤੋਂ ਵੱਡਾ ਜਿਹੜਾ ਧਨ ਤੁਹਾਨੂੰ ਸਵਾਸਾਂ ਦਾ ਮਿਲਿਆ, ਇਹਨੂੰ ਦੁਬਾਰਾ ਨਾ ਖਤਮ ਕਰ ਦਿਓ। ਬੜੇ ਜਨਮਾਂ ਤੋਂ ਬਾਅਦ ਚਿਰੰਕਾਲ ਭਾਈ ਦੁਰਲਭ ਦੇ ਨਾਮ ਵੀ ਹੋਣੀ ਹੋਈ ਖੇ, ਪਸ਼ੂ ਪ੍ਰੇਤ ਮੁਗਤ ਅਤੇ ਬੁਰੀ ਕਿਸੇ ਨਾ ਜਾਣਾ ਜਿਹਨੇ ਸ੍ਰੀ। ਇੱਥੇ ਫਿਰ ਤੁਸੀਂ ਹੁਣ ਤੁਹਾਡੇ 'ਤੇ ਕਿਰਪਾ ਕੀਤੀ, ਸਤਿਗੁਰੂ ਜੀ ਨੇ ਤੁਹਾਨੂੰ ਬੁਲਾਇਆ ਆਪਦੀ ਸ਼ਰਨ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਅਤੇ ਆਪਾਂ ਨੂੰ ਹੁਣ ਮੌਕਾ ਦਿੱਤਾ 4-5 ਦਿਨ ਵੀ ਵੱਧੋ ਵੱਧ ਸਵਾਸਾਂ ਦਾ ਧਨ ਜਮ੍ਹਾਂ ਕਰ ਲਓ। ਕਬੀਰ, ਲੁੱਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਏਗਾ ਜੋ ਪ੍ਰਾਣ ਜਾਏਗੇ। ਜੇ ਲੁੱਟਣ ਦਾ ਹੈ ਤਾਂ ਵੱਧੋ ਵੱਧ ਸ਼ਬਦ ਦਾ ਅਭਿਆਸ ਕਰ ਲੈ, ਰਾਮ ਨਾਮ ਜਿੰਨਾ ਜਪ ਲਈਏ ਜਮ੍ਹਾਂ ਹੋ ਜਾਂਦਾ ਹੈ, ਫਿਰ ਕਹਿੰਦੇ ਪਛਤਾਏਗਾ ਜਦੋਂ ਪ੍ਰਾਣਾਂ ਦਾ ਖੇਲ ਖਤਮ ਹੋ ਗਿਆ। ਇਸ ਕਰਕੇ ਦੁਨੀਆਦਾਰੀ ਦੇ ਵਿੱਚ ਸਾਨੂੰ ਸਾਰੇ ਬਹਾਨੇ ਹੀ ਚੇਤੇ ਕਰਾਉਂਦੇ ਆ, ਦੁਨਿਆਵੀ ਕੰਮ ਚੇਤੇ ਕਰਾਉਂਦੇ ਆ। ਇੱਕ ਗੁਰੂ ਦਾ ਦਰ ਹੈ ਜਾਂ ਗੁਰਸਿੱਖ ਨੇ ਜਿਨ੍ਹਾਂ ਕੋਲ ਆਈਏ, ਉਹ ਸਾਨੂੰ ਨਾਮ ਜਪਣਾ ਵੀ ਚੇਤੇ ਕਰਾਉਂਦੇ ਆ। ਜ਼ਿੰਦਗੀ ਦੀ ਬਾਜ਼ੀ ਸਾਡੀ ਬੜੀ ਜਲਦੀ ਖਤਮ ਹੋ ਰਹੀ ਹੈ। ਸੋ ਆਪ ਜੀ ਦੇ ਨਾਲ ਇੰਨੇ ਵਚਨ ਕਰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦੇ ਹਾਂ, ਸਿਮਰਨ ਕਰਦੇ ਹਾਂ। ਕੋਖਰ ਵਾਧੇ ਕਾਟੇ ਹੋ ਗਏ ਹੋਣਗੇ, ਆਪ ਜੀ ਸੰਗਤ ਅਤੇ ਗੁਰੂ ਬਖਸ਼ਣ ਜੋ ਬਖਸ਼ ਦੇਣਾ ਜੀ। ਸੁਬਹਾ 5:30 ਤੋਂ 7:30 ਅਭਿਆਸ ਸ਼ੁਰੂ ਕਰਾਂਗੇ। ਕਿਸੇ ਨੇ ਵੀ ਲੋਕ ਲੱਜਾ ਆਲਸ ਦੇ ਵਿੱਚ ਆ ਕੇ, ਹੁਣ 21 ਤਰੀਕ ਤੱਕ ਅਵੇਸਲਿਆਂ ਨਹੀਂ ਹੋਣਾ, ਆਉਣਾ ਹੈ। ਮਾਇਆ ਨੇ, ਪੰਜਾਂ ਦੂਤਾਂ ਨੇ, ਫੁਰਨਿਆਂ ਨੇ ਸਾਡੇ 'ਤੇ ਜ਼ੋਰ ਪਾਉਣਾ ਹੈ, ਪਰ ਤੁਸੀਂ ਇਹਨਾਂ ਪੰਜਾਂ ਨਾਲ ਲੜਨਾ ਸਿੱਖੋ, ਇੱਥੇ ਸਿਮਰਨ ਕਰੋ, ਅਤੇ ਮੁੜ ਕੇ ਫਿਰ ਉਹੀ ਧੰਦੇ, ਉਹੀ ਗੱਲਬਾਤ, ਉਹੀ ਦੁੱਖ ਸੁੱਖ ਤਾਂ ਚੱਲਦੇ ਹੀ ਰਹਿੰਦੇ ਆ।
ਪਰ ਸ਼ਬਦ ਦੀ ਕਮਾਈ ਵਿਰਲੇ ਸਮੇਂ ਵਿੱਚ ਚੱਲਦੀ ਹੈ। ਹੁਣ ਗੁਰੂ ਸਾਹਿਬ ਦੀ ਕਿਰਪਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਆਪਾਂ ਨਾਮ ਜਪ ਜਪ ਕੇ ਉਹਨਾਂ ਦੀ ਉਸਤਤ ਕਰ ਕਰਕੇ ਮਨਾਵਾਂਗੇ। ਦੁਨਿਆਵੀ ਰੂਪ 'ਚ ਤਾਂ ਕਈ ਵਾਰ ਮਨਾ ਲਿਆ, ਪਰ ਹੁਣ ਭਗਤੀ ਕਰਕੇ ਮਨਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।